ਜਸਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਆ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੀ ਆ ਸਾਡੀ ਆਨ ਗoing ਕਵਰੇਜ ਕਿਸਾਨ ਮੋਰਚੇ ਨੂੰ ਲੈ ਕੇ ਇਸ ਮੂਵਮੈਂਟ ਨੂੰ ਲੈ ਕੇ ਇਹ ਜੋ ਇੱਕ ਇਤਿਹਾਸਿਕ ਤੌਰ ਤੇ ਇੰਨੀ ਵੱਡੀ ਤੁਸੀਂ ਕਹਿ ਲੋ ਵਾਂਸ ਇਨ ਅ ਲਾਈਫਟਾਈਮ ਪ੍ਰੋਟੈਸਟ हो रही है हले भी चल रही है आ, सत्तर तो वद, तो दिल्ली ही मोर्चे के हिस्सेदार सपोर्टर्स किसान मजदूर पंजाब हरियाणा यूपी तो वक् वक् होर स्टेटा तो राजस्थान एम पी गुजरात आ, सारे बनियो आ के उठे हुए है लड़ रहे हैं अपने हक ल ਉਹ ਕਹਿ ਰਿਹਾ ਕਿ ਸਾਨੂੰ ਸਰਕਾਰ ਤੋਂ ਜੋ ਸਾਡੀ ਤਿੰਨ ਸਿੰਪਲ ਮੰਗਾਂ ਹੈਗੀਆਂ ਉਹਨਾਂ ਨੂੰ ਲੈ ਬਿਨਾ ਆਪਾਂ ਨਹੀਂ ਵਾਪਸ ਜਾਵਾਂਗੇ ਬਟ ਇਸ ਸੰਘਰਸ਼ ਦੇ ਵਿੱਚ ਆ ਇਹ ਕਿਸਾਨ ਕਿਸਾਨ ਮੁੱਦਾ ਨੂੰ ਲੈ ਕੇ ਜਾਂ ਸਿੱਖ ਜਾਂ ਪੰਜਾਬ ਮੁੱਦੇ ਨੂੰ ਲੈ ਕੇ ਇਹ ਕਿੰਨੀ ਜ਼ਿਆਦਾ ਵੱਡੀ ਇੱਕ ਇਸ ਸਟੋਰੀ ਬਣ ਚੁੱਕੀ ਹੈ ਇੱਕ ਫਾਈਟ ਇੱਕ ਸਟਰਗਲ ਬਣ ਚੁੱਕੀ ਹੈ ਜੋ ਇਨ ਸਾਰਿਆਂ ਤੋਂ ਉੱਠ ਕੇ ਇਸ ਵੇਲੇ ਪਲੇਆਊਟ ਹੋ ਰਹੀ ਹੈ ਦਿੱਲੀ ਦੇ ਵਿੱਚ ਮੈਂ ਅੱਜ ਥੋੜੀ ਜਿਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਜਿੱਥੇ ਜੋ ਲੇਬਰਰ ਅ ਇਹ ਤੁਸੀਂ ਕਿਹਾ ਲੋ ਇਹਦੇ ਵਿੱਚ ਜਥੇਬੰਦੀਆਂ ਹਨ ਜੋ ਲੇਬਰਰਸ ਦਾ ਰੋਲ ਹੈਗਾ ਇਸ ਸੰਘਰਸ਼ ਦੇ ਵਿੱਚ ਇਸ ਪ੍ਰੋਟੈਸਟ ਦੇ ਵਿੱਚ ਉਹਦੇ ਬਾਰੇ ਹੋਰ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਬਿਕੋਜ਼ ਦੇਖੋ ਜੀ ਆ ਜੋ ਵੱਡੀ ਹੈਡਲਾਈਨਸ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਇਨ ਏਰੀਆਜ਼ ਵਿੱਚ ਸਭ ਤੋਂ ਵੱਡੀ ਤਾਂ ਤੁਸੀਂ ਜ਼ਰੂਰ ਨਾ ਸੁਨਿਆ ਹੋਣਾ ਨੋਦੀਪ ਔਰ ਇੱਕ ਦਲਿਤ ਲੇਬਰਰ ਰਾਈਟਸ ਐਕਟੀਵਿਸਟ ਜਿਹਨੂੰ ਜਨਵਰੀ 12 ਤੋਂ ਪੁਲਿਸ ਕਸਟਡੀ ਵਿੱਚ ਫੜਿਆ ਹੋਇਆ ਆ ਉਹ ਉਹਨਾਂ ਦਾ ਕੀ ਰੋਲ ਸੀਗਾ ਕਿਸ ਤਰ੍ਹਾਂ ਦੀ ਉਹ ਐਕਟਿਵ ਪਾਰਟਿਸਪੇਸ਼ਨ ਇਸ ਮੋਰਚੇ ਵਿੱਚ ਨਿਭਾਰੇ ਸਨ ਮਜ਼ਦੂਰ ਅਧਿਕਾਰ ਸੰਗਠਨ ਦੇ ਉਹ ਇੱਕ ਮੈਂਬਰ ਸੀਗੇ ਸੋ ਉਹਦੇ ਵੀ ਥੋੜੀ ਜੀ ਗੱਲ ਕਰਾਂਗੇ ਤੇ ਓਵਰ ਆਲ ਲੇਬਰਰ ਕਲਾਸ ਜੋ ਇੰਡੀਆ ਦੇ ਵਿੱਚ ਇਸ ਵੇਲੇ ਐਗਜ਼ਿਸਟ ਕਰਦੀ ਹੈ ਉਹਨਾਂ ਦੀ ਕੁਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੀ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਕਿਸ ਤਰ੍ਹਾਂ ਦੇ ਉਹ ਸਟੇਕ ਹোলਡਰਸ ਹੈਗੇ ਇਸ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਇਹ ਜੋ ਕਾਨੂੰਨ ਹਨ ਉਹਨਾਂ ਨੂੰ ਅਫੈਕਟ ਕਰਦੇ ਤੇ ਉਹਨਾਂ ਦੇ ਅੱਗੇ ਅਗਰ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਇਹ ਲੇਬਰਰ ਕਲਾਸ ਪੂਰੀ ਇੰਡੀਆ ਦੀ ਇਕਨੋਮੀ ਨੂੰ ਅਫੈਕਟ ਕਰਦੀ ਹੈ ਐਗਰੀਕਲਚਰ ਇੰਡਸਟਰੀ ਨੂੰ ਅਫੈਕਟ ਕਰਦੀ ਐਂ ਸਾਰੇ ਚੀਜ਼ਾਂ ਤੇ ਗੱਲ ਕਰਾਂਗੇ ਇੱਕ ਬਾਰੀ ਫਿਰ ਇੱਕ ਬਹੁਤ ਹੀ ਵਦਿਆ ਨੋਲੇਜੇਬਲ ਤੇ ਐਕਸਪਰਟ ਗੈਸਟ ਇਨ ਟੌਪਿਕਸ ਤੇ ਸਾਡੇ ਨਾਲ ਡਿਸਕਸ਼ਨ ਕਰਨ ਲਈ ਜੁੜੇ ਹਨ ਮੈਂ ਚਾਹੁੰਦੀ ਹਾਂ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਇੱਕ ਛੋਟੀ ਜੀ ਬ੍ਰੇਕ ਲਈ ਰੁਕਦੇ ਹਾਂ ਕਿਥੇ ਨਾ ਜਾਓ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਇਰਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਪਾਵੇਂ ਇਹ ਜੋ ਫਾਰਮਰਸ ਮੂਵਮੈਂਟ ਫਾਰਮਰਸ ਪ੍ਰੋਟੈਸਟ ਜ਼ਰੂਰ ਦਰਜਾ ਦਿੱਤਾ ਗਿਆ ਇਸ ਇਤਿਹਾਸਿਕ ਮੋਰਚੇ ਨੂੰ ਅੰਦੋਲਨ ਨੂੰ ਇਹ ਕਿਸਾਨੀ ਦਾ ਸਿਰਫ ਮੁੱਦਾ ਨਹੀਂ ਹੈ ਇਹ ਤੁਸੀਂ ਕਹਿ ਲੋ ਹਰ ਇੱਕ ਵਰਕਿੰਗ ਕਲਾਸ ਸਿਟੀਜ਼ਨ ਜੋ ਕਿ ਇਸ ਵੇਲੇ ਇੰਡੀਆ ਦੇ ਨਾਗਰਿਕ ਹਨ ਉਹਨਾਂ ਦਾ ਮੁੱਦਾ ਹੈ ਤੇ ਅੱਜ ਸਾਡੀ ਗੱਲ ਹੋਏਗੀ ਉਹ ਲੇਬਰਰ ਉਹ ਵਰਕਰ ਕਲਾਸ ਇੰਡੀਵਿਜੂਅਲਸ ਦੀ ਜੋ ਨਾ ਕਿ ਸਿਰਫ ਇਨ ਕਾਨੂੰਨਾ ਤੋਂ ਅਫੈਕਟ ਹੋਏ ਹਨ ਬਟ ਉਹਨਾਂ ਦੀ ਪਾਰਟਿਸਿਪੇਸ਼ਨ ਕਿਸ ਤਰ੍ਹਾਂ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਕੀ ਉਹਨਾਂ ਦਾ ਰੋਲ ਕੀ ਉਹ ਅਧਿਕਾਰ ਨਿਭਾ ਰਹੇ ਹਨ ਇਸ ਅੰਦੋਲਨ ਦੇ ਵਿੱਚ ਤੇ ਕੀ ਜਾਣਕਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਕੀ ਸਟੇਕ ਹੋਲਡਿੰਗ ਹੈਗੀ ਇਸ ਪੂਰੀ ਸਿਚੁਏਸ਼ਨ ਦੇ ਵਿੱਚ ਤੇ ਸਾਡ ਨਾਲ ਇਸ ਚੀਜ਼ ਤੇ ਡਿਸਕਸ਼ਨ ਕਰਨ ਲਈ ਇੱਕ ਵਾਰੀ ਫਿਰ ਸਾਨੂੰ ਜੁਆਇਨ ਕਰੇ ਵਨ ਆਫ ਮਾਈ ਫੇਵਰਿਟਸ ਸੋ ਪਲੀਜ਼ ਜੁਆਇਨ ਮੀ ਇਨ ਕਮਿੰਗ ਡਾਕਟਰ ਗਿਆਨ ਸਿੰਘ ਜੀ ਡਾਕਟਰ ਸਾਹਿਬ ਫੋਰਮਰ ਪ੍ਰੋਫੈਸਰ ਡਿਪਾਰਟਮੈਂਟ ਆਫ ਇਕਨੋਮਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲੇਕਿਨ ਜਦੋਂ ਆਪਾਂ ਇਨ ਸਬਜੈਕਟਸ ਦੀ ਗੱਲ ਕਰਦੇ ਹਾਂ ਸਰ ਤੁਹਾਡੇ ਲਈ ਤਾਂ ਇਹ ਬਹੁਤ ਆਪਾਂ ਕਹਿ ਸਕਦੇ ਹਾਂ ਦਿਸ ਇਜ਼ ਸੈਕੰਡ ਨੇਚਰ ਟੂ ਯੂ ਇਹ ਜੋ ਐਗਰੀਕਲਚਰ ਇਕਨੋਮੀ ਖਾਸ ਕਰਕੇ ਵਰਕਫੋਰਸ ਦੀ ਗੱਲ ਆਉਂਦੀ ਜਿੱਥੇ ਆਪਾਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਇਸ ਚੀਜ਼ ਦੇ ਬਾਰੇ ਤੁਸੀਂ ਵਕ ਵਕ ਪਬਲਿਕेशंस ਦੇ ਵਿੱਚ ਅਕਸਰ ਲਿਖਦੇ ਰਹਿੰਦੇ ਹੋ ਰੀਸੈਂਟਲੀ ਵੀ ਤੁਹਾਡੇ ਕੁਝ ਆਰਟੀਕਲਸ ਆਏ ਹਨ ਅਮ ਸਭ ਤੋਂ ਪਹਿਲੇ ਸਰ ਮੈਂ ਆਪਣੀ ਕਨਵਰਸੇਸ਼ਨ ਸ਼ੁਰੂ ਕਰਨਾ ਚਾਹਾਂਗੀ ਕਿ ਯੂ نو ਸਾਨੂੰ ਲਗਾਤਾਰ ਸੁਣਨ ਨੂੰ ਮਿਲਦਾ ਹੈ ਕਿ ਕਿਸਾਨੀ ਮੁੱਦਾ ਹੈ ਕਿਸਾਨਾਂ ਦਾ ਮੁੱਦਾ ਹੈ ਪੰਜਾਬ ਯਸਰ ਸਿੱਖਾਂ ਦਾ ਮੁੱਦਾ ਹੈ ਬਟ ਸਾਨੂੰ ਪਤਾ ਹੈ ਕਿ ਰਿਐਲਿਟੀ ਗਰਾਉਂਡ ਦੀ ਕੀ ਹੈਗੀ ਕਿੰਨੇ ਵਕ ਵਕ ਲੋਕਾਂ ਦਾ ਇਹ ਅੰਦੋਲਨ ਹੈਗਾ ਨਾ ਕਿ ਸਿਰਫ ਕਿਸਾਨਾਂ ਦਾ ਆਫਕੋਰਸ ਕਿਸਾਨਾਂ ਨੇ ਪੰਜਾਬੀਆਂ ਨੇ ਇਸ ਚੀਜ਼ ਨੂੰ ਅੱਗੇ ਚੁੱਕ ਕੇ ਉਹਨੂੰ ਜ਼ਰੂਰ ਡਰਾਈਵ ਕਰ ਰਿਹਾ ਹੈ ਬਟ ਤੁਹਾਡੇ ਖਿਆਲ ਸਰ ਜੋ ਮਜ਼ਦੂਰ ਹਨ ਲੇਬਰਰਸ ਇੰਡੀਆ ਦੇ ਵਿੱਚ ਉਹਨਾਂ ਦਾ ਕੀ ਰੋਲ ਬਣਦਾ ਹੈ ਕੀ ਉਹਨਾਂ ਦਾ ਪਾਰਟਿਸਪੇਸ਼ਨ ਹੈਗੀ ਇਸ ਅੰਦੋਲਨ ਦੇ ਵਿੱਚ ਦੇਖੋ ਜਿਹੜਾ ਇਹ ਸੰਘਰਸ਼ ਸ਼ੁਰੂ ਹੋਇਆ ਉਹ ਤਾਂ ਕਿਸਾਨਾਂ ਨੇ ਕੀਤਾ ਹੈਗਾ ਇਥੇ ਕਰਕੇ ਇਹਨੂੰ ਕਿਸਾਨ ਸੰਘਰਸ਼ ਦਾ ਨਾਮ ਦਿੱਤਾ ਗਿਆ ਸ਼ੁਰੂ ਚ ਪਰ ਇਹ ਹੌਲੀ-ਹੌਲੀ ਜਿਸ ਤਰ੍ਹਾਂ ਦੂਜੇ ਵਰਗ ਜੁੜਦੇ ਗਏ ਤੇ ਮੁੜ ਕੇ ਇਹ ਕਿਸਾਨ ਸੰਘਰਸ਼ ਸਿਰਫ ਪੰਜਾਬ ਦਾ ਸਿੱਖਾਂ ਦਾ ਨਾਂ ਰਹਿ ਕੇ ਪੂਰੇ ਦੇਸ਼ ਦਾ ਸੰਘਰਸ਼ ਬਣਿਆ ਫਿਰ ਕਿਸਾਨਾਂ ਦਾ ਸੰਘਰਸ਼ ਨਾ ਰਹਿ ਕੇ ਜਨ ਅੰਦੋਲਨ ਬਣਿਆ ਤੇ ਜਿਹੜੀ ਗੱਲ ਤੁਸੀਂ ਮਜ਼ਦੂਰਾਂ ਦੀ ਕਰਦੇ ਹੋ ਮਜ਼ਦੂਰਾਂ ਦੀ ਗੱਲ ਹੈ ਦੋ ਤਰ੍ਹਾਂ ਦੇ ਮਜ਼ਦੂਰ ਨੇ ਇੱਕ ਤਾਂ ਪੂਰੀ ਇਕਨੋਮੀ ਦੇ ਮਜ਼ਦੂਰ ਨੇ ਇਹ ਇੱਕ ਖੇਤੀਬਾੜੀ ਮਜ਼ਦੂਰ ਨੇ ਜਾਂ ਸਾਡੇ ਦਿਹਾਤੀ ਮਜ਼ਦੂਰ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਬਹੁਤ ਸ਼ੁਰੂ ਦੇ ਵਿੱਚ ਜਿਹੜੇ ਸਾਡੇ ਦਿਹਾਤੀ ਮਜ਼ਦੂਰ ਸੀ ਪੰਜਾਬ ਦੇ ਜਾਂ ਦੂਜੇ ਸੂਬਿਆਂ ਦੇ ਜਾਂ ਖੇਤ ਮਜ਼ਦੂਰ ਸੀ ਉਹਨਾਂ ਦੀ ਪਾਰਟਿਸਪੇਸ਼ਨ ਘੱਟ ਸੀ ਪਰ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚ ਗਈ ਕਿ ਜਿਹੜੇ ਇਹ ਤਿੰਨੇ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਨੇ ਇਹ ਸਿਰਫ ਕਿਸਾਨਾਂ ਨੂੰ ਹੀ ਮਾਰੂ ਸਾਫ ਨਹੀਂ ਹੋਣਗੇ ਸਗੋਂ ਇਹ ਤਾਂ ਬਹੁਤ ਵੱਡਾ ਅਟੈਕ ਹੈਗਾ ਸਾਡੇ ਫੈਡਰਲ ਸੈਟਅਪ ਤੇ ਸਾਡੇ ਇਗਨੌਕ ਮਾਡਲ ਨੂੰ ਮੋਰ ਪ੍ਰੋ ਕਾਰਪੋਰੇਟ ਬਣਾਉਣ ਲਈ ਸਾਡੇ ਸੋਸ਼ੀਓ ਕਲਚਰਲ ਰਿਲੇਸ਼ਨ ਤੇ ਸਾਡੇ ਪੋਲੀਟੀਕਲ ਸਿਨੈਰੀਓ ਤੇ ਜਦ ਉਹ ਸਾਰਾ ਦੇਖਿਆ ਜਿਹੜੇ ਸਾਡੇ ਖੇਤ ਮਜ਼ਦੂਰ ਜਾਂ ਪਿੰਡ ਮਜ਼ਦੂਰ ਆ ਜਾਂ ਸਾਡੇ ਦਲਤ ਮਜ਼ਦੂਰ ਨੇ ਉਹਨਾਂ ਨੇ ਆਪਣੇ ਬਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੋਰਚਾ ਜੁਆਇਨ ਕੀਤਾ ਭਾਵੇਂ ਪਿਛਲੇ ਸਾਲ ਪੈਡੀ ਪਲਾਂਟੇਸ਼ਨ ਮੌਕੇ ਜਦੋਂ ਬਿਹਾਰ ਉੱਤਰ ਪ੍ਰਦੇਸ਼ ਦੀ ਜਿਹੜੀ ਮੈਗਨਟ ਲੇਬਰ ਸਾਡੇ ਪੈਡੀ ਪਲਾਂਟੇਸ਼ਨ ਦਾ ਜ਼ਿਆਦਾ ਕੰਮ ਕਰਦੇ ਆ ਉਹਨਾਂ ਨੂੰ ਵਾਪਸ ਜਾਣ ਕਰਕੇ ਇਹ ਲੋਕ ਪੰਜਾਬ ਦੇ ਲੋਕਲ ਖੇਤੀਬਾੜੀ ਮਜ਼ਦੂਰਾਂ ਅਤੇ ਕਿਸਾਨਾਂ 'ਚ ਕਨਫਲਿਕਟ ਆਇਆ ਜਿਹੜੂ ਉਸ ਮੌਕੇ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੇ ਬੜੇ ਸੁਲਝ ਹਟੰਗਣਾ ਸੁਲਝਾ ਲਿਆ ਸੀ ਪਰ ਮੰਨ ਕੇ ਰੋਸ ਜ਼ਰੂਰ ਸੀ ਕਿ ਕਿਸਾਨਾਂ ਨੇ ਸੀਲਿੰਗ ਕਰਤੀ ਸੀ ਕਿ ਇਸ ਤੋਂ ਵੱਧ ਅਸੀਂ ਰੇਟ ਨਹੀਂ ਦੇਣਾ ਇੱਥੋਂ ਤੱਕ ਕਿ ਗੁਰਦੁਆਰਾ ਆਨੰਦ ਵੀ ਅਨਾਊਂਸਮੈਂਟ ਕਰਾ ਦਿੱਤੀ ਜਿਹੜੇ ਸਰਵਸਾਂਝ ਹੁੰਦੇ ਨੇ ਕਿ ਜੇ ਕੋਈ ਇਸ ਤੋਂ ਵੱਧ ਰੇਟ ਮੰਗੂਗਾ ਤਾਂ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਊਗਾ ਪਰ ਫਿਰ ਇਹ ਮਜ਼ਦੂਰ ਨੇ ਜਿਹੜੇ ਸਾਡੇ ਖੇਤੀਬਾੜੀ ਆਰਥਿਕਤਾ ਦਾ ਬਾਡੀ ਦੇ ਥੱਲੇ ਵਾਲਾ ਡੰਡਾ ਹੈ ਜਿਹੜਾ ਘੱਟ ਦਾ ਵੀ ਟੁੱਟ ਘੱਟ ਦਾ ਵੀ ਜ਼ਿਆਦਾ ਟੁੱਟਦਾ ਵੀ ਜ਼ਿਆਦਾ ਹੈ ਜਿਹਨੂੰ ਠੁੱਡੇ ਵੀ ਜ਼ਿਆਦਾ ਮਰ ਜਾਂਦੇ ਆ ਇਹਨੇ ਫੇਰ ਇਹ ਮੋਰਚਾ ਜਵਾਨ ਕੀਤਾ ਤੇ ਮੋਰਚੇ ਚ ਜਿੰਨੀ ਇਹਨਾਂ ਦੀ ਸਮਰੱਥਾ ਹੈ ਉਸ ਹੱਬ ਨਾਲ ਇਹਨਾਂ ਦੀ ਭਾਗੀਦਾਰੀ ਦਿਨ ਦਿਨ ਵਧ ਰਹੀ ਹੈਗੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨ ਉਜੜਨਗੇ ਕਿਸਾਨਾਂ ਦੇ ਉਜੜਨਾ ਤਾਂ ਮਜ਼ਦੂਰ ਵੀ ਉਜੜਨਗੇ ਇਹ ਮਜ਼ਦੂਰ ਅੱਜ ਪਿੰਡਾਂ ਚ ਰਹਿੰਦੇ ਹੋਏ ਜਦੋਂ ਖੇਤੀਬਾੜੀ ਖੇਤਰ ਚ ਮਸ਼ੀਨਰੀਕਰਨ ਕਰਕੇ ਅਤੇ ਨਵੀਨ ਨਾਸ਼ਕਾਂ ਦੀਆਂ ਬਤਾਂਵਾਂ ਕਰਕੇ ਰੋਜ਼ਗਾਰ ਘਟਣ ਕਰਕੇ ਇਹਨਾਂ ਨੂੰ ਸ਼ਹਿਰ ਜਾਣਾ ਪੈਂਦਾ ਇਹ ਲੇਬਰ ਜਾਊਂਗ ਵਿੱਚ ਪਹਿਲਾਂ ਹੀ ਠੱਕੇ ਖਾ ਰਹੇ ਨੇ ਜੀ ਜੀ ਤਾਂ ਅੱਜ ਇੱਥੇ ਹੋਰ ਕਿਸਾਨ ਉੱਜਣਗੇ ਉਹਨਾਂ ਨਾਲ ਇਹ ਉੱਜਣਗੇ ਫਿਰ ਇਹਨਾਂ ਨੂੰ ਰੋਜ਼ਗਾਰ ਕਿੱਥੇ ਮਿਲੂਗਾ ਤੇ ਸਾਰੇ ਕਸ ਨੇ ਦੇਖ ਦਿਓ ਕਿ ਜਿਹੜਾ ਪੂਰੇ ਦੇਸ਼ ਦੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਉਹਦਾ ਖਪਤਕਾਰ ਵਰਗ ਹੈਗਾ ਖਪਤਕਾਰ ਵਰਗ ਦਾ ਜਿਹੜਾ ਤੀਜਾ ਲਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਵਾਲਾ ਉਹਦੇ ਨਾਲ ਪੂਰੇ ਪੂਰੇ ਦੇਸ਼ ਦੇ ਖਪਤਕਾਰ ਵਰਗ ਹੀ ਐਡਵਰਸਲੀ ਇਫੈਕਟ ਹੋ ਰਹੇ ਨੇ ਬਿਲਕੁਲ ਬਿਲਕੁਲ ਸਰ ਐਨੀਥਿੰਗ ਇਹ ਵੀ ਗੱਲ ਬਣਦੀ ਹੈ ਕਿ ਜੋ ਦਿਹਾੜੀ ਵਾਲੇ ਮਜ਼ਦੂਰ ਹਨ ਉਹਨਾਂ ਦੇ ਕੋਲ ਉਹ ਸਵੇਰੇ ਕੰਮ ਕਰਕੇ ਸ਼ਾਮ ਦਾ ਖਾਣਾ ਟੇਬਲ ਤੇ ਰੱਖਦੇ ਆ ਰਾਈਟ ਸੋ ਉਹਨਾਂ ਲਈ ਕਿਸ ਤਰ੍ਹਾਂ ਦੇ ਚੈਲੰਜਸ ਦੇਖਣ ਨੂੰ ਮਿਲਦੇ ਆ ਤੁਹਾਡੇ ਖਿਆਲ ਚ ਜਦੋਂ ਆਪਾਂ ਗੱਲ ਕਰਦੇ ਕਿ ਆ ਕੇ ਤੁਸੀਂ ਮੋਰਚੇ ਵਿੱਚ ਆਪਣੀ ਹਾਜ਼ਰੀ ਲਗਾਓ ਉੱਥੇ ਬੈਠੋ ਉੱਥੇ ਟਾਈਮ ਸਪੈਂਡ ਕਰੋ ਉਹਨਾਂ ਲਈ ਇਕਨੋਮਿਕ ਤੌਰ ਤੇ ਇਕ ਯੂ نو ਆਪਣੇ ਰੋਜੀ ਰੋਟੀ ਦੀ ਤੌਰ ਤੇ ਕਿਸ ਤਰ੍ਹਾਂ ਦੇ ਚੈਲੰਜਸ ਉਹਨਾਂ ਨੂੰ ਫੇਸ ਕਰਨੇ ਪੈਂਦੇ ਜਦੋਂ ਇਸ ਮੋਰਚੇ ਦੇ ਵਿੱਚ ਉਹਨਾਂ ਦੇ ਹਿੱਸੇ ਉਹਨਾਂ ਦੀ ਹਾਜ਼ਰੀ ਲਗਾਉਣ ਦੀ ਗੱਲ ਆਉਂਦੀ ਹੈ ਇਹ ਦੇਖੋ ਬਟਾ ਜਿਹੜੀ ਗੱਲ ਹੈ ਕਿ ਫਾਰਮਰਸ ਦੀ ਫਾਰਮਰ ਜਿਸ ਤਰ੍ਹਾਂ ਅਸੀਂ ਲਾਰਜ ਫਾਰਮ ਕੈਟਾਗਰੀ ਤੋਂ ਲੋ ਮਾਰਜਨ ਫਾਰਮ ਕੈਟਾਗਰੀ ਵੱਲ ਸਕੇਲ ਡਾਉਨ ਕਰਦੇ ਆ ਤਾਂ ਉਹਨਾਂ ਦੀਆਂ ਪ੍ਰੋਬਲਮ ਵੱਧ ਜਾਂਦੀਆਂ ਨੇ ਜਿਹੜੇ ਖੇਤ ਮਜ਼ਦੂਰ ਹੈ ਜਾਂ ਪਿੰਡੂ ਛੋਟਾ ਕਾਰੀਗਰ ਹੈ ਉਹਨਾਂ ਕੋ ਦਾ ਉਤਪਾਦਨ ਦਾ ਸਾਧਨ ਹੀ ਕੋਈ ਨਹੀਂ ਸਿਰਫ ਆਪਣੀ ਲੇਬਰ ਵੇਚਣ ਤੋਂ ਸਿਵਾਏ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਇਹ ਬਹੁਤ ਹੀ ਬਾਝਵ ਹੈ ਕਿ ਉਹ ਜਿਹੜੇ ਦੋ ਡੰਗ ਦੀ ਰੋਟੀ ਲਈ ਵੀ ਦਿਹਾੜੀ ਤੇ ਡਿਪੈਂਡ ਕਰਦੇ ਨੇ ਤਾਂ ਉਹ ਦੋ ਡੰਗ ਦੀ ਰੋਖੀ ਸੁੱਕੀ ਰੋਟੀ ਲਈ ਉਹ ਕਿਵੇਂ ਇੰਤਜ਼ਾਮ ਕਰਦੇ ਨੇ ਜਦੋਂ ਉਹਨਾਂ ਨੂੰ ਉਹਦੇ ਬਡੇਰੇ ਹਿੱਤ ਸਮਝ ਆ ਗਏ ਕਿ ਇੱਥੋਂ ਸਾਰੇ ਉਜੜ ਜਾਣਗੇ ਜ਼ਮੀਨਾਂ ਕਾਰਪੋਰੇਟ ਸੈਕਟਰ ਕੋ ਜਾਣਗੀਆਂ ਉਹਦਾ ਕਬਜ਼ਾ ਹੋਊਗਾ ਮੁੜ ਕੇ ਰੋਜ਼ਗਾਰ ਹੋਰ ਘਟੂਗਾ ਇਸ ਲਈ ਹੁਣ ਆਸਵਿਚੇ ਸਮਝਦਰੀ ਏਨੀ ਵਧ ਗਈ ਹੈ ਇੱਕ ਦੂਜੇ ਨਾਲ ਸਹਿ ਸਹਿ ਹੋਂਦ ਨੂੰ ਠੀਕ ਰੱਖਦੇ ਇੱਕ ਦੂਜੇ ਨਾਲ ਕੋਆਪਰੇਸ਼ਨ ਵੱਧ ਰਹੀ ਹੈ ਤੇ ਉਹਦੇ ਵਿੱਚੋਂ ਉਹ ਦੋ ਰੋਟੀਆਂ ਦੀਆਂ ਡੇਢ ਰੋਟੀ ਖਾ ਕੇ ਵੀ ਸਾਰ ਰਹੇ ਨੇ ਤੇ ਪਰ ਉਹ ਇਧਰ ਭਾਗੀਦਾਰੀ ਕਰ ਰਹੇ ਨੇ ਫਿਰ ਇਹ ਹੈ ਕਿ ਪਿੰਡਾਂ ਦੇ ਹਿਸਾਬ ਨਾਲ ਬਦਲ-ਬਦਲ ਕੇ ਉਹ ਆ ਰਹੇ ਨੇ ਕਦੇ 5 ਇੱਕ ਪਿੰਡ ਚੋਂ ਆਗੇ 7 ਇੱਕ ਪਿੰਡ ਚੋਂ ਆਗੇ 10 ਆਗੇ ਉਸ ਤਰ੍ਹਾਂ ਇਸ ਲਈ ਉਹਨਾਂ ਦੀ ਭਾਗੀਦਾਰੀ ਦਿਨੋਂ ਦਿਨ ਵੱਧ ਰਹੀ ਹੈਗੀ ਜੀ ਬਿਲਕੁਲ ਬਿਲਕੁਲ ਅ ਸਰ ਮੈਂ ਤੁਹਾਡੇ ਤੋਂ ਜ਼ਰੂਰ ਹੋਰ ਪੁੱਛਣਾ ਚਾਹੁੰਦੀ ਹਾਂ ਕੁਝ ਸਪੈਸਿਫਿਕਸ ਇਨ ਕਾਨੂੰਨਾ ਨੂੰ ਲੈ ਕੇ ਕਿ ਕਿਸ ਤਰ੍ਹਾਂ ਇਹ ਇਸ ਵਰਕਿੰਗ ਕਲਾਸ ਨੂੰ ਅਫੈਕਟ ਕਰਦੇ ਆ ਭਾਵੇਂ ਉਹ ਆਪਣੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਹੋਣ ਜਾਂ ਓਵਰਆਲ ਜੋ ਇੰਡੀਆ ਦੇ ਵਿੱਚ ਅਗਰ ਆਪਾਂ ਕਹਿ ਸਕਦੇ ਹਾਂ ਅਨ ਆਰਗਨਾਈਜ਼ਡ ਵਰਕ ਫੋਰਸ ਹਨਾ ਇਹਨਾਂ ਦੀ ਕਿੰਨੀ ਗਿਣਤੀ ਹੈਗੀ ਇਹ ਸਾਰੀ ਚੀਜ਼ਾਂ ਤੇ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਇਥੇ ਇੱਕ ਛੋਟੀ ਜੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਤੇ ਵੀਅਰਸ ਤੁਸੀਂ ਵੀ ਜੁੜੇ ਰਹੋ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਇਆ ਸਾਰਿਆਂ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸੜ ਨਾਲ ਜੁੜੇ ਹਨ ਡਾਕਟਰ ਗਿਆਨ ਸਿੰਘ ਜੀ ਫੋਰਮਰ ਪ੍ਰੋਫੈਸਰ ਡਿਪਾਰਟਮੈਂਟ ਆਫ ਇਕਨੋਮਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਤੁਹਾਡਾ ਇੱਕ ਬਰੀ ਫਿਰ ਇੱਕ ਜੀਸਮੀ ਡਾਕਟਰ ਸਾਹਿਬ ਤੁਹਾਡਾ ਇੱਕ ਬਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਅਮ ਡਾਕਟਰ ਸਾਹਿਬ ਗੱਲ ਹੋ ਰਹੀ ਸੀ ਜਦੋਂ ਮਜ਼ਦੂਰਾਂ ਦੀ ਗੱਲ ਆਉਂਦੀ ਹੈ ਲੇਬਰਰਸ ਜਿੰਨੂੰ ਆਪਾਂ ਇੱਕ ਅਫੀਸ਼ੀਅਲ ਤੌਰ ਤੇ ਅਨ ਆਰਗੇਨਾਈਜ਼ਡ ਵਰਕਫੋਰਸ ਵੀ ਕਹਿ ਸਕਦੇ ਆ ਯੂ نو ਉਦਾ ਹੀ ਅਗਰ ਆਪਾਂ ਸਿੰਪਲ ਸ਼ਬਦਾਂ ਚ ਈ ਵਿਊਅਰਸ ਨੂੰ ਦੱਸਣਾ ਹੋਏ ਕਿੰਨੀ ਕਿ ਗਿਣਤੀ ਹੈਗੀ ਇਸ ਤਰ੍ਹਾਂ ਦੀ ਵਰਕਫੋਰਸ ਦੀ ਇੰਡੀਆ ਦੇ ਵਿੱਚ ਅੱਜ ਦੀ ਡੇਟ ਵਿੱਚ ਜੋ ਇੱਕ ਪਾਵੇਂ ਉਹ ਖੇਤੀਬਾੜੀ ਦੇ ਨਾਲ ਜੁੜੀ ਹੋਈ ਮਜ਼ਦੂਰੀ ਕਰਦੇ ਆ ਉਹਦਾ ਦਿਹਾੜੀ ਤੇ ਇਸ ਤਰ੍ਹਾਂ ਦੀ ਲੇਬਰ ਵਰਕਫੋਰਸ ਕਿੰਨੀ ਕਿ ਗਿਣਤੀ ਹੈਗੀ ਇੰਡੀਆ ਦੇ ਵਿੱਚ ਬੇਟੇ ਸਾਡੇ ਕੋਲ ਸੈਂਟਰਲ ਗਵਰਨਮੈਂਟ ਦਾ ਐਨ ਐਸ ਐਸ ਆਫਿਸ ਹੈ ਨੈਸ਼ਨਲ ਸੈਂਪਲ ਸਰਵੇ ਆਫਿਸ ਹੈ ਉਹਦੇ 68ਵੇਂ ਗੀਡ ਅਨਸਾਰ 2010-11 ਦੇ ਵਿੱਚ ਭਾਰਤ ਚ 92.8% ਵਰਕ ਫੋਰਸ ਇਨਫਾਰਮਲ এমਪਲॉयਮੈਂਟ ਸੀ। ਵਾਓ 7.2% ਰਹਿ ਗਏ ਜਿਹੜੇ ፎਰਮਲ এমਪਲॉयਮੈਂਟ ਸੀ ਪਰ ਜਿਹੜੇ ਪਿਛਲੇ 10 ਸਾਲ ਲੰਘੇ ਨੇ ਇਹ ਜਾਣਕਾਰੀ ਕੋਟ ਜਾਗਤ ਦਾ ਗਲਬਾ ਹੋਰ ਤੇਜ਼ੀ ਨਾਲ ਵਧਿਆ ਹੈਗਾ ਇਸ ਲਈ ਜਿਹੜੇ ਇਹ 92.8% ਸੀ ਇਹਦਾ ਵੱਧ ਕੇ ਹੋਰ ਜ਼ਿਆਦਾ ਹੋ ਗਿਆ ਕਿ ਬਹੁਤ ਵੱਡੀ ਗਿਣਤੀ ਚ ਤਿੰਨੋਂ ਸੈਕਟਰ ਚ ਪ੍ਰਾਇਮਰੀ ਸੈਕਟਰ ਸੈਕੰਡਰੀ ਸੈਕਟਰ ਟੈਕ ਦੀ ਭਾਵ ਖੇਤੀਬਾੜੀ ਅਜੋਗਿਕ ਤੇ ਸਵਾਗੋਆਂ ਦੇ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਇਹ ਨੇ ਹੁਣ ਇਹ ਕਿਸ ਤਰ੍ਹਾਂ ਅਫੈਕਟ ਹੋਣਗੇ ਕਿਉਂ ਇਹਨਾਂ ਨੂੰ ਹੋਊਗਾ ਜਿਹੜੇ ਖੇਤੀਬਾੜੀ ਦੇ ਵਿੱਚ ਮਜ਼ਦੂਰ ਨੇ ਜਦੋਂ ਖੇਤੀਬਾੜੀ ਖੇਤਰ ਦੇ ਕਾਰਪੋਰੇਟ ਸੈਕਟਰ ਦਾ ਕਬਜ਼ਾ ਹੁੰਦਾ ਹੈਗਾ ਤਾਂ ਉੱਥੋਂ ਹੋਰ ਮਜ਼ਦੂਰ ਆ ਕੇ ਇਹਨਾਂ ਮਜ਼ਦੂਰਾਂ ਨਾਲ ਸ਼ਹਿਰਾਂ 'ਚ ਕੰਪਲੀਟ ਕਰਨਗੇ এমਪਲয়ਮੈਂਟ ਲਈ ਇਹਨਾਂ ਨੂੰ ਪਹਿਲਾਂ ਰੋਜ਼ਗਾਰ ਨਹੀਂ ਮਿਲਿਆ ਜਦ ਹੋਰ ਆਉਣਗੇ ਤਾਂ ਵੇਜ ਰੇਟ ਹੋਰ ਘਟਣਗੇ ਤੇ ਦੂਜੇ ਪਾਸੇ ਜਿਹੜਾ ਇੱਕ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਹੈ ਉਹਦੇ ਕਰਕੇ ਤੇ ਐਗਰੀਕਲਚਰ ਕਮੋਡਿਟੀ ਨੂੰ ਸਟਾਕ ਕਰਨ ਦੀ ਲਿਮਿਟੇ ਖਤਮ ਕਰਤੀ No ceiling ਤੇ ਉਹ ਜਿਹੜੇ ਵੱਡੇ ਘਰਾਣੇ ਨੇ ਉਹ ਇਹਨਾਂ ਲਿਮਟ ਕਰਕੇ ਨਹੀਂ ਪ੍ਰਾਈਸ ਇੰਨੀ ਵਧਾਉਣਗੇ ਜਿਹੜੀ ਇਹਨਾਂ ਦੋ ਡੰਗ ਦੀ ਰੋਟੀ ਰੁੱਖੀ ਸੁੱਖੀ ਖਾਣ ਲਈ ਨਮਕ ਮਿਰਚ ਨਾਲ ਲਾਉਣਾ ਉਹ ਫਿਰ ਨਾ ਅਨਾਜ ਨਮਕ ਮਿਰਚ ਇਹਨਾਂ ਘਰਾਂਿਆਂ ਦਾ ਹੋਊਗਾ ਤੇ ਫਿਰ ਉਹ ਦੇਖ ਰਹੇ ਨੇ ਕਿ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਹੋਰ ਮਾੜੀ ਹਾਲਤ ਹੋਊਗੀ ਇਸੇ ਕਰਕੇ ਬੱਦ ਲੋਕ ਪਾਰਟਿਸਪੇਟ ਕਰ ਰਿਹਾ ਇਸ ਸਟਰਗਲ ਦੇ ਵਿੱਚ ਬਿਲਕੁਲ ਸਰ ਬਿਲਕੁਲ ਐਂਡ ਐਂਡ ਇੱਕ ਬਾਰੀ ਫਿਰ ਇੱਕ ਗੱਲ ਨੂੰ ਮੈਂ ਇੱਕ ਬਾਰੀ ਫਿਰ ਦੁਹਰਾਣਾ ਚਾਹੁੰਦੀ ਆ ਵੀਵਰਸ ਲਈ ਆ ਕਿ ਜੋ ਸਾਡੇ ਖਾਸ ਕਰਕੇ ਯੂਨੋ ਯੂ ਐਸ ਕੈਨੇਡਾ ਯੂ ਕੇ ਇਨ ਮੁਲਕਾਂ ਦੇ ਵਿੱਚ ਬੈਠੇ ਹੋਏ ਸਪੋਰਟਰਸ ਹਨ ਇਸ ਮੂਵਮੈਂਟ ਦੇ ਉਹਨਾਂ ਦਾ ਜ਼ਿਆਦਾ ਫੋਕਸ ਆਪਣੇ ਕਿਸਾਨਾਂ ਤੇ ਰਹਿੰਦਾ ਬਿਕੋਸ ਸਾਡਾ ਪਛੋਕੜ ਉਹਨਾਂ ਦੇ ਨਾਲ ਕਿਸੇ ਨਾ ਕਿਸ ਤਰ੍ਹਾਂ ਜੁੜਿਆ ਹੋਇਆ ਪਰ ਜੋ ਇਹ ਮਜ਼ਦੂਰ ਹਨ ਇਹਨਾਂ ਲਈ ਕਿੰਨਾ ਕੁਝ ਆਪਾਂ ਕਹਿ ਸਕਦੇ ਆ ਐਟ ਸਟੇਕ ਹੈਗਾ ਇੱਥੇ ਜਦੋਂ ਆਪਾਂ ਏਪੀਐਮਸੀਜ਼ ਜਾਂ ਫੂਡ ਕਾਰਪੋਰੇਸ਼ਨ ਆਵ ਆਂਡੀਆਂ ਦੀ ਗੱਲ ਕਰਦੇ ਆ ਉਹਨਾਂ ਦੇ ਰਾਹ ਹੀ ਅਗਰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਂਦਾ ਜਾਂ ਲਾਚਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕੀ ਇਫੈਕਟ ਹੋਏਗਾ ਜੋ ਇੰਡੀਆ ਦਾ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹੈਗਾ ਐਂਡ ਉਹ ਗਾਂ ਜਾ ਕੇ ਕਿਸ ਤਰ੍ਹਾਂ ਇਨ ਅਨ ਅਫੀਸ਼ਲ ਅਨ ਆਰਗੇਨਾਈਜ਼ਡ ਲੇਬਰਰਸ ਨੂ ਇਸ ਵਰਕਫੋਰਸ ਨੂੰ ਕਿਸ ਤਰ੍ਹਾਂ ਅਫੈਕਟ ਕਰਦਾ ਹੈ ਇਹ ਦੇਖੋ ਗੱਲ ਇਹ ਹੈਗੀ ਕਿ ਜੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਾਂ ਸਾਡਾ APMC ਮੰਡੀਆਂ ਦਾ ਸਿਸਟਮ ਜਾਂ ਜਾਂ ਸਾਡਾ MSP ਰਜਿਮ ਐਂਡ ਕਨਸੀਕੁਐਂਟਲੀ ਸਾਡਾ ਪ੍ਰੋਕਿਊਰਮੈਂਟ ਦਾ ਸਿਸਟਮ ਜਿਹੜਾ ਪ੍ਰੈਜ਼ੈਂਟ ਚੱਲ ਰਿਹਾ ਹੈ ਇਹ ਵੀਕ ਹੁੰਦਾ ਜਾਂ ਇਹਨੂੰ ਖਤਮ ਕਰ ਦਿੱਤਾ ਜਾਂਦਾ ਹੈ ਬਿਤ ਪੈਸਾ ਆਫ ਟਾਈਮ ਇਹਨੂੰ ਖਤਮ ਕਰਨ ਦੀਆਂ ਨਿਸ਼ਾਨੀਆਂ ਦਿਖਾਏ ਦੇ ਰਹੀਆਂ ਨੇ ਜੀ ਤਾਂ ਇਹਦੇ ਨਾਲ ਸਾਡਾ ਪੀਡੀਐਸ ਸਿਸਟਮ ਕਿਸ ਤਰ੍ਹਾਂ ਅਫੈਕਟ ਹੋਗਾ ਤੁਸੀਂ ਪੁੱਛਿਆ ਪਹਿਲੀ ਗੱਲ ਜਦੋਂ ਇਧਰੋਂ ਕਿਸਾਨ ਜਿਹੜੇ ਹੈਗੇ ਬਿਲਕੁਲ ਨਿਰਪਰ ਕਰਤੇ ਕਾਰਪੋਰੇਟ ਸੈਕਟਰ ਤੇ ਜਾਂ ਕਾਰਪੋਰੇਟ ਸੈਕਟਰ ਦਾ ਕਬਜ਼ਾ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਫੂਡ ਆ ਉਹ ਸਾਰਾ ਸਾਰਾ ਕਾਰਪੋਰੇਸ਼ਨਾਂ ਦੇ ਹੱਥਾਂ ਚ ਚਲ ਜਾਊਗਾ ਤੇ ਫਿਰ ਐਸੈਂਸ਼ੀਅਲ ਕਮੋਡਿਟੀ ਐਕਟ 1955 ਉਹਦੇ ਵਿੱਚ ਸਟਾਕ ਕਰਨ ਦੀ ਲਿਮਿਟੇਟ ਖਤਮ ਕਰਦੀ ਹੈਗੀ ਤੇ ਉਹਦੇ ਨਾਲ ਇਹ ਵੱਡੀ ਗੱਲ ਇਹ ਹੋਣੀ ਹੈ ਕਿ ਜੇ ਟੁੱਟ ਜਾਣਾ ਤੇ ਫਿਰ ਜਿਹੜਾ ਸਾਡਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹੜਾ ਹੁਣ 67% ਪਾਪੂਲੇਸ਼ਨ ਨੂੰ ਕਵਰ ਕਰਦਾ ਹੈ ਤਾਂ ਉਹ ਕਿਵੇਂ ਰਹੂਗਾ ਤੇ ਉਹਦੇ ਲਈ ਇਹ ਹੈ ਕਿ ਡਾਇਰੈਕਟ ਬੈਂਕ ਟ੍ਰਾਂਸਫਰ ਵਾਲੀ ਸਕੀਮ ਆਜੂ ਕੁਝ ਪੈਸਾ ਜਿਹੜਾ ਕੁਝ ਦੇਰ ਬਾਅਦ ਜਿੰਨੇ ਫੂਡ ਸਟੈਂਪਸ ਤੁਹਾਡੇ ਦੇ ਵਿੱਚ ਦਿੰਦੇ ਨੇ ਉਸ ਤਰ੍ਹਾਂ ਕੋਈ ਸਿਸਟਮ ਦੌਰ ਦੇਣਗੇ ਫੂਡ ਸਟੈਂਪ ਅੱਜ ਕਿੰਨਾ ਖਰੀਦਿਆ ਕੱਲ੍ਹ ਨੂੰ ਕਿੰਨਾ ਖਰੀਦੂ ਪਰਸੋਂ ਨੂੰ ਕਿੰਨਾ ਖਰੀਦੂ ਮੋਰਓਵਰ ਸਾਡੇ ਦੇ ਵਿੱਚ ਤਾਂ ਫੂਡ ਸਟੈਂਪ ਦੇਣ ਦਾ ਸਾਡੇ ਇਕਨੌਮਿਕ ਮਾਡਲ 'ਚ ਹਿੱਸਾ ਨਹੀਂ ਰੱਖਿਆ ਕਿਉਂਕਿ ਪੰਡੈਮਿਕ ਦੇ ਵਿੱਚ ਕੋਵਿਡ-19 ਪੰਡੈਮਿਕ ਦੇ ਵਿੱਚ ਤਾਂ ਸਾਡਾ ਪਾਵਲ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ 15 ਦੀ ਰੋਟੀ ਦੇ ਸਕਿਆ ਇਸੇ ਕਰਕੇ ਮਜ਼ਦੂਰ 1500 ਕਿਲੋਮੀਟਰ ਤੱਕ ਤੁਰ ਕੇ ਗਏ ਨੇ ਰੇਲਵੇ ਲਾਈਨਾਂ ਥੱਲੇ ਕੱਟੇ ਗਏ ਨੇ ਮਰ ਗਏ ਨੇ ਹੈਨਾ ਤੇ ਕੋਈ ਬੱਚੀ ਉਹਦੇ ਪਿਓ ਨੂੰ ਪਿੱਛੇ ਸਾਈਕਲ ਤੇ ਉਠਾ ਕੇ ਹਜ਼ਾਰਾਂ ਹਜ਼ਾਰ ਕਿਲੋਮੀਟਰ ਤੋਂ ਵੱਧ ਸਫ਼ਰ ਕਰ ਰਹੀ ਹੈਗੀ ਇਸ ਲਈ ਉਹ ਸਾਰੇ ਸਾਰੇ ਇਫੈਕਟ ਉਹਨੇ ਸਾਡਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਇਹ ਨਾਂ ਦਾ ਰਹਿ ਜਾਊਗਾ ਕਿਉਂਕਿ ਸਾਰੇ ਸਾਰੇ ਸਟਾਕ ਪ੍ਰਾਈਵੇਟ ਕੰਪਨੀਆਂ ਕੋਲ ਚਲ ਜਾਊਗਾ ਉਹਨਾਂ ਦੇ ਅਧਿਕਾਰ ਚ ਜਾਊਗਾ ਤੇ ਉਹਦੇ ਨਾਲ ਸਾਰੇ ਜਿਹੜੇ ਸਾਡਾ ਤਮਾਮ ਆਵਾਮ ਹੈ ਉਹ ਬਹੁਤ ਬੁਰੀ ਤਰ੍ਹਾਂ ਅਨਾਜ ਸੁਰੱਖਿਆ ਦੀ ਮਾਰ ਚ ਆਉਂਦੇ ਜੀ ਐਂਡ ਐਂ ਡਾਕਟਰ ਗਿਆਨ ਜੀ ਸਾਡੀ ਗੱਲ ਥੋੜੀ ਜੀ ਇਸ ਚੀਜ਼ ਤੇ ਹੋਈ ਸੀ ਪਹਿਲੇ ਬਟ ਹੁਣ ਹੋਰ ਜਾਣਕਾਰੀ ਲਿਖਿੰਦੋਂ ਬਾਅਦ ਮੈਂ ਥੋੜੇ ਤੋਂ ਹੋਰ ਕਮੈਂਟਸ ਲੈਣਾ ਚਾਹਦੀ ਆ ਜੋ ਇੰਡੀਆ ਦਾ 2021 ਦਾ ਬਜਟ ਰਿਲੀਜ਼ ਹੋਇਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਸਹੂਲਤਾਂ ਦਿੱਤੀਆਂ ਗਈਆਂ ਇਨਕਰੀਸ ਕੀਤੀਆਂ ਗਈਆਂ ਜਾਂ ਉਹਨਾਂ ਨੂੰ ਡੀਕਰੀਸ ਕੀਤਾ ਗਿਆ ਜਿੱਥੇ ਇਸ ਤਰ੍ਹਾਂ ਦੀ ਸਬਸਿਡੀਆਂ ਤੇ ਖਾਸ ਕਰਕੇ ਫੂਡ ਕਾਰਪੋਰੇਸ਼ਨ ਆਵ ਆਂਡਿਆ ਦੀ ਗੱਲ ਆਂਦੀ ਹੈ ਇਸ 2021 ਬਜਟ ਦੇ ਵਿੱਚ ਅ ਕੀ ਸਤਨਾ ਦੀ ਇੰਪਰੂਵਮੈਂਟਸ ਆਪਾਂ ਕਹਿ ਸਕਦੇ ਹਾਂ ਜਾਂ ਡਿਕਰੀਸ ਬਜਟ ਵਾਈਜ਼ ਸਾਨੂੰ ਵੇਖਣ ਨੂੰ ਮਿਲਿਆ ਹੈ ਫੂਡ ਕਾਰਪੋਰੇਸ਼ਨ ਆਵ ਆਂਡੀਆਂ ਲਈ ਦੇਖੋ ਜਿਹੜਾ ਸਾਡਾ ਇਹ ਬਜਟ ਹੈ ਇਹ ਬਜਟ ਨਹੀਂ ਜਦੋਂ ਇਹ ਬਜਟ ਆਉਂਦਾ ਤਾਂ ਆਮ ਲੋਕਾਂ ਨੂੰ ਭੁਲੇਖਾ ਪਿਆ ਰਹਿੰਦਾ ਹੈ ਕਿ ਐਤਕੀ ਕੁਝ ਰੀਲੀਫ ਮਿਲੂਗੀ ਜਿਹੜਾ ਸਾਡਾ ਬਜਟ ਹੁੰਦਾ ਉਹ ਤਾਂ ਪੂਰੀ ਇਕਨੋਮਿਕ ਪਾਲਿਸੀ ਜਾਂ ਇਕਨੋਮਿਕ ਮਾਡਲ ਦਾ ਇੱਕ ਬਹੁਤ ਹੀ ਛੋਟਾ ਜਿਹਾ ਟ੍ਰੇਲਰ ਹੁੰਦਾ ਉਹ ਵੀ ਭੁਲੇਖਾ ਪਾਉ ਕਿ ਉਦੇ ਅੱਗੇ ਪਿੱਛੋਂ ਬਹੁਤ ਕੁਝ ਕੀਤਾ ਜਾਂਦਾ ਹੈਗਾ ਪਰ ਇਹਦੇ ਵਿੱਚ ਆਪਾਂ ਮਜ਼ਦੂਰਾਂ ਦੀ ਗੱਲ ਕਰ ਰਹੇ ਹਾਂ ਮਜ਼ਦੂਰਾਂ ਲਈ ਇੱਕੋ ਜਿਹੜੀ ਹੈਗੀ ਸਕੀਮ ਸਭ ਤੋਂ ਵੱਧ ਇਫੈਕਟਿਵ ਹੈ ਉਹ ਹੈ ਐਮ ਜੀ ਨਰੇਗਾ ਜੀ ਐਮ ਜੀ ਨਰੇਗਾ ਥੱਲੇ 110000 ਕਰੋੜ ਰੁਪਏ ਰੱਖੇ ਗਏ ਐ ਕਿ ਇਹ ਸਾਲ ਚ ਵਰਤੇ ਗਏ ਨੇ ਜੀ ਤੇ ਆਉਣ ਵਾਲੇ ਸਾਲ ਲਈ ਉਹ 61 ਕਰੋੜ 61 ਹੈਜਾ ਕਰੋੜ ਕਰਤੇ ਨੇ ਜੇ 110000 ਕਰੋੜ ਰੁਪਏ ਨੂੰ 61000 ਕਰੋੜ ਕਰ ਦਾਂਗੇ ਤਾਂ ਸਾਨੂੰ ਸਮਝ ਆਉਂਦੀ ਹੈਗੀ ਕਿ ਪਾਸ ਦੇ ਵਿੱਚ ਮਜ਼ਦੂਰਾਂ ਲਈ ਕੀ ਹੈਗਾ ਤੇ ਬੱਚ ਦੇ ਵਿੱਚ ਤਾਂ ਇਹ ਹੈ ਕਿ ਜਿਹੜਾ ਸਾਡੀਆਂ ਸਰਕਾਰਾਂ ਨੇ ਲੋਕਾਂ ਦੇ ਇੱਕ ਇੱਕ ਪੈਸਾ ਦਿੱਤੇ ਹੋਏ ਟੈਕਸ ਤੋਂ ਇਹ ਪਬਲਿਕ ਸੈਕਟਰ ਬਣਾਇਆ ਉਹਨੂੰ ਡਿਸ ਇਨਵੈਸਟਮੈਂਟ ਦੀਆਂ ਗੱਲਾਂ ਹੈਗੀਆਂ ਉਹਨੂੰ ਵੇਚਣ ਦੀਆਂ ਗੱਲਾਂ ਹੈਗੀਆਂ ਤੇ ਉਹਦੇ ਨਾਲ ਦੇਸ਼ ਨੂੰ ਚਲਾ ਕੇ ਤੇ ਉਹਦੇ ਨਾਲ ਕਾਰਪੋਰੇਟ ਸੈਕਟਰ ਨੂੰ ਮਾਲੋਮਾਲ ਕਰਨੀਆਂ ਗੱਲਾਂ ਹੈਗੀਆਂ ਇਸ ਲਈ ਨਾ ਖੇਤੀਬਾੜੀ ਖੇਤਰ ਲਈ ਕੋਈ ਵੱਡੀ ਸਕੀਮ ਹੈਗੀ ਤੇ ਮਜ਼ਦੂਰਾਂ ਦਾ ਤਾਂ ਨਾ ਇਹ ਨਹੀਂ ਲਿਆ ਜਾਂਦਾ ਹੈਗਾ ਇਸ ਲਈ ਕੁੱਲ ਮਿਲਾ ਕੇ ਕਾਰਪੋਰੇਟ ਖੇਤਰ ਦਾ ਵਜਤ ਇਹਦੇ ਕਰਕੇ ਸਾਡਾ ਸ਼ੇਅਰ ਮਾਰਕੀਟ ਛੜੱਪੇ ਮਾਰਦਾ ਹੋਇਆ ਜੇ 50000 ਦੀ ਲਿਮਟ ਉਸੇ ਦਿਨ ਟੱਪ ਗਿਆ ਸੀ ਜਿੱਦ ਦਿਨ ਇਹ ਬਜਟ ਆਇਆ ਹੈਗਾ ਜੀ ਐਂਡ ਡਾਕਟਰ ਸਾਹਿਬ ਇਹਦਾ ਇਹ ਵੀ ਇੱਕ ਪੁਆਇੰਟ ਬੰਦਾ ਹੈ ਨਾ ਕਿ ਕੋਵਿਡ ਜਿਸ ਤਰ੍ਹਾਂ ਕੋਵਿਡ ਨੇ ਇਕਨੋਮਿਕ ਤੌਰ ਤੇ ਇੰਨੀ ਪੂਰੀ ਦੁਨੀਆ ਦੀ ਇਕਨੋਮੀ ਨੂੰ ਹਲਾਤਾ ਆ ਇੰਡੀਆ ਵਿੱਚ ਵੀ ਉਹਦੇ ਬਹੁਤ ਵੱਡੇ ਲੈਵਲ ਤੇ ਇਫੈਕਟਸ ਵੇਖਣ ਨੂੰ ਮਿਲੇ ਕਿ ਕੋਵਿਡ ਦੇ ਲੰਘਣ ਤੋਂ ਬਾਅਦ ਇਸ ਸਾਲ ਦਾ ਬਜਟ ਦਾ ਕੁਝ ਉਹਦੇ ਵਿੱਚ ਕੁਝ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸੇਫਗਾਰਡਸ ਜਾਂ ਕੁਝ ਇਦਾਂ ਦੇ ਮੈਜਰਸ ਲੋਕਾਂ ਨੂੰ ਅਪਲਿਫਟ ਕਰਨ ਲਈ ਨਹੀਂ ਹੋਣੇ ਚਾਹੀਦੇ ਸੀ ਖਾਸ ਕਰਕੇ ਅਗਰ ਤੁਸੀਂ ਇਸ ਤਰ੍ਹਾਂ ਦੇ ਗੱਲ ਕਰਦੇ ਹੋਏ ਇਹ ਚੀਜ਼ਾਂ ਦੇ ਨਾਲ ਤਾਂ ਇਕਨੋਮੀ ਨੂੰ ਵੀ ਫਾਇਦਾ ਹੁੰਦਾ ਹੈ ਨਹੀਂ ਦੇਖੋ ਜੇ ਜਿਹੜੀ ਇਕਨੋਮੀ ਸਾਡੀ ਨੈਗੇਟਿਵ ਗਰੋਥ ਰੇਟ ਤੇ ਚੱਲ ਰਹੀ ਹੈ ਤੇ ਉਹ ਲੰਬੇ ਟਾਈਮ ਦਾ 70 8 79 ਤੋਂ ਬਾਅਦ ਅੱਜ ਤੱਕ ਦਾ ਇਹ ਜਿਹਾ ਸਾਡਾ ਨੈਗੇਟਿਵ ਗਰੋਥ ਰੇਟ ਅਸੀਂ ਕਦੇ ਦੇਖਿਆ ਹੀ ਨਹੀਂ ਹੈਗਾ ਉਹਦੇ ਵਿੱਚ ਇਹ ਸੀ ਕਿ ਜਿੱਥੇ ਸਾਡੀ ਇਕਨੋਮੀ ਚੱਲ ਰਹੀ ਹੈ ਇਹਦਾ ਸਭ ਤੋਂ ਵਧੀਆ ਹੱਲ ਜਿਹੜਾ ਹੁੰਦਾ ਹੈ ਉਹ ਡਿਮਾਂਡ ਜਨਰੇਟ ਕਰਨਾ ਹੁੰਦਾ ਹੈ ਜੇ ਡਿਮਾਂਡ ਜਨਰੇਟ ਕਰਨੀ ਹੈ ਤਾਂ ਉਹਦਾ ਸਭ ਤੋਂ ਵਧੀਆ ਹੱਲ ਹੁੰਦਾ ਹੈ ਕਿ ਜਿਹੜੇ ਥੱਲੇ ਵਾਲੇ ਲੋਕ ਨੇ ਜੀ ਜਿਨ੍ਹਾਂ ਦੇ ਮਾਰਜਨਲ ਪ੍ਰੋਪੈਂਸ ਟੂ ਕੰਜ਼ਿਊਮ ਇੱਕ ਹੁੰਦੀ ਹੈਗੀ ਭਾਅ ਜਿੰਨਾ ਉਹ ਖੁੰਦੇ ਨੇ ਉਨਾ ਹੀ ਖਰਚਦੇ ਨੇ ਮਾਰਜਨਲ ਪ੍ਰੋਪੈਂਸ ਟੂ ਕੰਜ਼ਿਊਮ ਦਾ ਮੀਨਿੰਗ ਜਿਹੜਾ ਹੈਗਾ ਤੇ ਇਸ ਲਈ ਜੇ ਪੈਸਾ ਉਹਨਾਂ ਨੂੰ ਕੈਸ਼ ਟਰਾਂਸਫਰ ਕੀਤਾ ਜਾਂਦਾ ਉਹ ਲੋਕ ਮਾਰਕੀਟ ਚ ਲੈ ਕੇ ਆਉਂਦੇ ਤਾਂ ਸਾਡੀ ਇਕਨੋਮੀ ਰਿਵਾਈਵ ਹੋਣ ਚ ਹੋਰ ਸੌਖ ਮਿਲਦੀ ਪਰ ਕਿਸਾਨਾਂ ਨੂੰ ਜਿਹੜਾ ਪਿਛਲਾ ਹੈਗਾ ਇਹ ਪੋਲੀਟੀਕਲ ਲੌਲੀਪੌਪ 6000 ਵਾਲਾ ਉਹ ਤੇ ਕੰਟੀਨਿਊ ਕੀਤਾ ਉਹ ਵੀ ਸਾਰਿਆਂ ਨੂੰ ਨਹੀਂ ਮਿਲਦੇ ਹੈਗਾ ਤੇ ਜਿਹੜਾ ਮਜ਼ਦੂਰਾਂ ਲਈ ਕੈਸ਼ ਟ੍ਰਾਂਸਫਰ ਦੀ ਲੋੜ ਸੀ ਕਿ ਉਹਦਾ ਤਾਂ ਨੋਨ ਨਿਸ਼ਾਨ ਵੀ ਨਹੀਂ ਹੈ ਕਿਤੇ ਭੁੱਲੇ ਗਏ ਨਾ ਦੇ ਕਿ ਮਜ਼ਦੂਰ ਵੀ ਸਾਡੇ ਦੇਸ਼ ਦਾ ਹਿੱਸਾ ਨੇ ਜਦੋਂ ਕਿ ਮਜ਼ਦੂਰਾਂ ਤੋਂ ਬਿਨਾ ਕੋਈ ਵੀ ਐਕਟੀਵਿਟੀ ਨਹੀਂ ਚੱਲਦੀ ਹੈਗੀ ਜੇ ਮਜ਼ਦੂਰ ਨਹੀਂ ਹੋਣਗੇ ਤਾਂ ਇਕਨੋਮੀ ਕਿੱਥੋਂ ਹੋਊਗੀ ਸਮਾਜ ਕਿੱਥੋਂ ਹੋਊਗਾ ਬਿਲਕੁਲ ਸਰ ਐਂਡ ਐਂਡ ਆਈ ਥਿੰਕ ਜਿੱਥੇ ਮਜ਼ਦੂਰਾਂ ਦੀ ਤੇ ਖੇਤੀਬਾੜੀ ਕਿਸਾਨਾਂ ਦੀ ਗੱਲ ਆਂਦੀ ਹੈ ਉਥੇ ਯੂ نو ਤੁਸੀਂ ਮੜਾ ਜਾਂ ਮੈਂਸ਼ਨ ਕੀਤਾ ਸੀ ਆਮ ਕਿ ਅਨਪਲੋਇਮੈਂਟ ਕਿਸ ਤਰ੍ਹਾਂ ਅਫੈਕਟ ਹੋਏਗੀ ਬੇਰੋਜ਼ਗਾਰੀ ਜਦੋਂ ਆਪਾਂ ਗੱਲ ਕਰਦੇ ਆਂ ਆਲਰੇਡੀ ਅਗਰ ਆਪਾਂ ਬੇਰੋਜ਼ਗਾਰੀ ਦੀ ਗੱਲ ਕਰੀਂ ਇੰਡੀਆ ਦੇ ਵਿੱਚ ਅਨਪਲੋਇਮੈਂਟ ਕਿਸ ਲੈਵਲ ਤੇ ਪੋਪੂਲੇਸ਼ਨ ਨੂੰ ਅਫੈਕਟ ਕਰੀਏ ਤੇ ਅਗਰ ਚੀਜ਼ਾਂ ਇਸੇ ਤਰ੍ਹਾਂ ਚੱਲਦੀਆਂ ਨਹੀਂ ਆ ਜਿੱਦਾਂ ਇਹ ਕਾਨੂੰਨ ਕਾਨੂੰਨਾਂ ਨੂੰ ਨਹੀਂ ਰਿਪੀਲ ਕੀਤਾ ਜਾਂਦਾ ਐਂਡ ਇਸ ਤਰ੍ਹਾਂ ਕਿਸਾਨਾਂ ਨੂੰ ਡਿਸਇਨਫਰਾਂਚਾਈਜ਼ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਖਾਸ ਕਰਕੇ ਇਨ ਲੇਬਰਰ ਕਲਾਸ ਇਨ अनऑर्गनाइज्ड ਲੇਬਰ ਦੀ ਬੇਰੋਜ਼ਗਾਰੀ ਤੇ ਕੀ ਇਫੈਕਟ ਹੋਏਗਾ ਇਹ ਇੱਕ ਕੁਝ ਕਿਸਾਨ ਜਥੇਬੰਦੀਆਂ ਜਾਂ ਈਵਨ ਕੁਝ ਬਹੁਤ ਵਧੀਆ ਜਿਹੜੇ ਪਬਲਿਕ ਬਲਾ ਰਿਹਾ ਹੈ ਇਹ ਐਂਕਰ ਵੀ ਹੈਗੇ ਵੱਖ-ਵੱਖ ਟੈਲੀਵਿਜ਼ਨਸ ਦੇ ਇਹ ਇੱਕ ਦਿਨ ਮੈਂ ਇਹ ਪੁਨਪਰਸਨ वाजਪਾਈ ਦਾ ਸੁਣ ਰਿਹਾ ਸੀ ਤੇ ਉਹ ਵੀ ਕਹਿ ਰਿਹਾ ਸੀ ਕਿ ਕਿਸਾਨਾਂ ਨੂੰ ਇਹ ਖਤਰਾ ਹੈਗਾ ਕਿ ਉਹਨਾਂ ਜਮੀਨਾਂ ਲੈ ਕੇ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਮਜ਼ਦੂਰ ਬਣਾਉਣਗੇ ਨਹੀਂ ਗੱਲ ਇਹ ਨਹੀਂ ਹੈਗੀ ਗੱਲ ਇਹ ਹੈ ਕਿ ਜਦੋਂ ਕਾਰਪੋਰੇਟ ਸੈਕਟਰ ਦਾ ਖੇਤੀਬਾੜੀ ਦੀ ਜਮੀਨ ਤੇ ਕਬਜ਼ਾ ਹੋਊਗਾ ਤੇ ਉਹ ਕਿਸਾਨਾਂ ਨੂੰ ਕਿਉਂ ਮਜ਼ਦੂਰ ਬਣਾਉਣਗੇ ਉਹਨਾਂ ਦਾ ਕੰਮ ਤਾਂ ਮਸ਼ੀਨਾਂ ਨਾਲ ਹੋਊਗਾ ਤਾਂ ਮਸ਼ੀਨਾਂ ਚਲਾਉਣ ਵਾਲੇ ਥੋੜੇ ਜਿਹੇ ਬੰਦੇ ਚਾਹੀਦੇ ਨੇ ਜੀ ਬਾਕੀ ਸਾਰਾ ਕੰਮ ਬੀਜਣ ਦਾ ਵੱਢਣ ਦਾ ਜੋ ਹਾਰਵੈਸਟ ਜੋ ਟੋਟਲ ਉਹ ਮਸ਼ੀਨਰੀ ਕਰਨ ਹੋ ਜਾਊਗਾ ਇਸ ਲਈ ਕੁੱਥੋਂ ਕਿਸਾਨ ਵੀ ਉਜੜਣਗੇ ਪਿੰਡੂ ਕਾਰੀਗਰ ਵੀ ਉਜੜੂਗਾ ਤੇ ਖੇਤ ਮਜ਼ਦੂਰ ਵੀ ਉਜੜਣਗੇ ਇਸ ਲਈ ਜਿਹੜਾ ਸਾਰਾ ਕੁਝ ਹੋ ਰਿਹਾ ਇਹਦੇ ਨਾਲ ਅਨਪਲਾਈਮੈਂਟ ਵੱਡੇ ਲੈਵਲ ਤੇ ਵਧੂਗੀ ਤੇ ਵੱਡੇ ਲੈਵਲ ਤੇ ਵਧਣ ਕਰਕੇ ਫੇਰ ਮੰਗ ਘਟੂਗੀ ਤੇ ਸਾਡੀ ਇਕਨੋਮੀ ਦੇ ਹੋਰ ਪਿੱਛੇ ਨੂੰ ਆਉਣ ਦੇ ਜਾਂ ਇਹਦੇ ਆਰਥਿਕ ਸਮਾਜਿਕ ਸੱਭਿਆਚਾਰਕ ਤੇ ਰਾਜਸੀ ਵਿਗਾੜ ਜਿਹੜੇ ਇਕਾਹਤ ਇਹ ਸਹਿ ਹੋਣਗੇ ਉਹਨਾਂ ਬਾਰੇ ਅਸੀਂ ਸੋਚ ਸਕਦੇ ਹਾਂ ਜੀ ਜੀ ਆ ਕਾਫੀ ਆਈ ਥਿੰਕ ਆਪਾਂ ਕਹਿ ਸਕਦੇ ਹਾਂ ਡਾਇਰ ਵਾਰਨਿੰਗ ਹੈਗੀ ਆ ਖਾਸ ਕਰਕੇ ਜਿੱਥੇ ਇੰਡੀਆ ਦੀ ਇਕਨੋਮੀ ਦੀ ਗੱਲ ਆਉਂਦੀ ਹੈ ਕੀ ਆਪਾਂ 익ਸਪੈਕਟ ਕਰ ਸਕਦੇ ਆਨ ਵਾਲੇ ਸਮੇਂ ਦੇ ਵਿੱਚ ਅਗਰ ਕੋਈ ਵੀ ਐਕਸ਼ਨ ਇਨ ਕਾਨੂੰਨਾਂ ਨੂੰ ਰਿਵਰਸ ਕਰਨ ਲਈ ਨਹੀਂ ਲਿੱਤਾ ਜਾਂਦਾ ਡਾਕਟਰ ਗਿਆਨ ਸਿੰਘ ਜੀ ਸਾਡੇ ਨਾਲ ਜੁੜੇ ਹਨ ਇੱਕ ਹੋਰ ਬ੍ਰੇਕ ਲਈ ਇੱਥੇ ਰੁਕਦੇ ਹਾਂ ਤੁਸੀਂ ਕਿਤਨਾ ਚਾਅ ਮਿਲਦੇ ਆ ਬ੍ਰੇਕ ਤੋਂ ਬਾਅਦ ਤੁਹਾਨੂੰ ਬਹੁਤ ਬਹੁਤ ਸਾਰਾ ਸਵਾਗਤ ਡਾਕਟਰ ਗਿਆਨ ਸਿੰਘ ਜੀ ਸਾਰ ਨਾਲ ਜੁੜੇ ਹਨ ਡਾਕਟਰ ਸਾਹਿਬ ਇੱਕ ਬਰੀਫਰ ਪ੍ਰੋਗਰਾਮ ਦੇ ਵਿੱਚ ਸਵਾਗਤ ਡਾਕਟਰ ਸਾਹਿਬ ਗੱਲ ਹੋ ਰਹੀ ਹੈ ਕਿ ਜਿੱਥੇ ਇਹ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਦੇ ਵੱਖ-ਵੱਖ ਜਿੱਥੇ ਬੰਦੀਆਂ ਜੁੜੇ ਹਨ ਉਹਦੇ ਵਿੱਚ ਲੇਬਰਰਸ ਜੋ ਇੰਡੀਆ ਦੀ ਅਨਾਰਗੇਨਾਈਜ਼ਡ ਵਰਕਫੋਰਸ ਹੈਗੀ ਉਹਨਾਂ ਦਾ ਉਹਨਾਂ ਦਾ ਕਿੰਨਾ ਵੱਡਾ ਰੋਲ ਹੈ ਐਂ ਕੀ ਉਹਨਾਂ ਦੇ ਲਈ ਇਸ ਲੜਾਈ ਦੇ ਵਿੱਚ ਕੀ ਉਹਨਾਂ ਦੇ ਲਈ ਸਟੇਕ ਤੇ ਹੈਗਾ ਸਰ ਲੇਬਰਰਸ ਨੂੰ ਲੈ ਕੇ ਜੋ ਇਕਨੋਮਿਕ ਮਿਕ ਇਨਫੋਰਮੇਸ਼ਨ ਤੇ ਐਕਸਪਰਟੀਸ ਤੁਸੀਂ ਸਾਨੂੰ ਸਾਂਝੀ ਕੀਤੀ ਹੈ ਉਹਦੇ ਥੈਂਕ ਯੂ ਬਟ ਹੁਣ ਮੈਂ ਇੱਕ ਕਰੰਟ ਵੈਂਟ ਤੇ ਤੁਹਾਡੇ ਕਮੈਂਟ ਸੁਣਨਾ ਚਾਹਦੀ ਆ ਆ ਕਾਫੀ ਖਾਸ ਕਰਕੇ ਇੱਥੇ ਸਾਨੂੰ ਸੋਸ਼ਲ ਮੀਡੀਆ ਦੀ ਆ ਆ ਆ ਆਪਾਂ ਕਹਿ ਸਕਦੇ ਆ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਨੇ ਕਿੰਨੇ ਵੱਡੇ ਲੈਵਲ ਤੇ ਇਸ ਚੀਜ਼ ਦੇ ਅਰਾਊਂਡ ਅਵੇਅਰਨੈਸ ਰੇਜ਼ ਕੀਤੀ ਹੈ ਜਦੋਂ ਨਦੀਪ ਕੌਰ ਦੀ ਗੱਲ ਆਉਂਦੀ ਹੈ ਦਲਿਤ ਲੇਬਰ ਰਾਈਟਸ ਐਕਟੀਵਿਸਟ ਮਜ਼ਦੂਰ ਅਧਿਕਾਰਨ ਸੰਘ ਦੋ ਹਿੱਸੇਦਾਰ ਹਨ ਤੇ ਉਹਨਾਂ ਨੂੰ ਦਿੱਲੀ ਪੁਲਿਸ ਨੇ ਜਨਵਰੀ 12 ਤੋਂ ਕਸਟਡੀ ਵਿੱਚ ਲਿੱਤਾ ਹੋਇਆ ਵਰਕ ਵਰਕ ਉਹਨਾਂ ਤੇ ਪਰਚੇ ਦਰਜ ਕੀਤੇ ਗਏ ਹਲੇ ਤੱਕ ਉਹਨਾਂ ਦੀ bail ਨਹੀਂ ਹੋਈ ਤੇ ਜੋ ਉਹਨਾਂ ਦੇ ਪਰਿਵਾਰ ਵੱਲੋਂ ਰਿਪੋਰਟਸ ਲਿਕਲ ਰਹੀਆਂ ਕਿ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਉਹਨਾਂ ਦੇ ਨਾਲ ਵਰਤਿਆ ਜਾ ਰਿਹਾ ਪੁਲਿਸ ਕਸਟਡੀ ਵਿੱਚ ਇਹ ਸੁਣ ਕੇ ਸਾਨੂੰ ਨਹੀਂ ਲੱਗਦਾ ਇਦਾਂ ਨਹੀਂ ਲੱਗਦਾ ਕਿ ਇੰਡੀਆ ਇੱਕ ਫਰਸਟ ਵਰਲਡ ਇੱਕ ਡੈਮੋਕਰੈtic ਨੈਸ਼ਨ ਦੇ ਤੌਰ ਤੇ ਆਪਰੇਟ ਕਰ ਰਿਹਾ ਹੈ ਬਟ ਵਾਂਸ ਅਗੇਨ ਥਿਸ ਇਜ਼ ਅਲੇਜਡ ਅਮ ਸਰ ਮੈਂ ਤੁਹਾਡੇ ਕਮੈਂਟਸ ਲੈਣਾ ਚਾਹੁੰਦੀ ਆ ਕਿ ਸਭ ਤੋਂ ਪਹਿਲੇ ਤਾਂ ਜਦੋਂ ਆਪਾਂ ਇੱਕ ਇਕ ਸਿੱਖ ਹੁੰਦੇ ਨਾਤੇ ਜਦੋਂ ਆਪਾਂ ਕਹਿੰਦੇ ਆ ਕਿ ਗੁਰੂ ਨਾਨਕ ਜੀ ਦੀ ਟੀਚਿੰਗਸ ਸਾਨੂੰ ਇੱਕ ਕਾਸਟ ਸਿਸਟਮ ਤੋਂ ਪਰੇ ਕਰਦੀਆਂ ਕਿ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਫਿਰ ਵੀ ਇੱਥੇ ਅੱਜ ਸਾਡੀ ਗੱਲ ਹੋ ਰਹੀ ਕਿ ਇਹ ਐਕਟੀਵਿਸਟ ਇੱਕ ਦਲਿਤ ਐਕਟੀਵਿਸਟ ਸੀਗੀ ਤੇ ਕਿਸ ਤਰ੍ਹਾਂ ਇਸ ਮੋੜੇ ਤੋ ਸਾਨੂੰ ਕੀ ਸਿੱਖਣਾ ਚਾਹੀਦਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਪਰੇ ਹੋਣ ਕਿ ਇੱਥੇ ਇਹ ਨਹੀਂ ਫਰਕ ਪੈਂਦਾ ਕਿ ਇਹ ਦਲਿਤ ਸੀਗੀ ਜਾਂ ਕੁਛ ਜੱਟ ਸੀਗੀ ਜਾਂ ਜਟਨੀ ਸੀਗੀ ਸਾਨੂੰ ਇਹ ਗੱਲ ਕਰਨੀ ਚਾਹੀਦੀ ਕਿ ਇੱਕ ਲੇਬਰ ਰਾਈਟਸ ਐਕਟੀਵਿਸਟ ਸੀਗੀ ਤੇ ਉਹਦੀ ਗੱਲ ਤੁਹਾਡੇ ਖਿਆਲ ਜਿੰਨੇ ਵੱਡੇ ਲੈਵਲ ਤੇ ਕਿਉਂ ਨਹੀਂ ਹੋ ਰਹੀ ਇਸ ਚੀਜ਼ ਤੇ ਕਿਉਂ ਫੋਕਸ ਹੋ ਰਿਹਾ ਕਿ ਉਹਦੀ ਬੈਕਗ੍ਰਾਉਂਡ ਉਹਦਾ ਕੀ ਕਾਸਟ ਸੀਗੀ ਮੋਰਚੇ ਨੇ ਸਾਨੂੰ ਇਸ ਚੀਜ਼ਾਂ ਤੋਂ ਪਰੇ ਨਹੀਂ ਕੀਤਾ ਲੱਗਦਾ ਹੈ ਹੈਨਾ ਇਹ ਦੇਖੋ ਬੇਟਾ ਗੱਲ ਪਤਾ ਕਿ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਿੱਖ ਧਰਮ ਨੇ ਸਿੱਖ ਧਰਮ ਨੇ ਔਰਤ ਦੀ ਇੱਜ਼ਤ ਕਰਨ ਬਾਰੇ ਟਿਸ ਕਿਉਂ ਮੰਦਾ ਆਖੀ ਜਿੱਤ ਜਮੇਰ ਜਾਨ ਤੇ ਜਾਤ-ਬਾਦ ਨੂੰ ਕਿਹਾ ਇਹ ਬਈ ਸਾਰੇ ਲੋਕਾਂ ਦੀ ਇੱਕੋ ਜਾਤ ਹੈ ਹੈਨਾ ਇਹ ਉਹ ਇਨਸਾਨੀਅਤ ਹੈਗੀ ਪਰ ਅਸੀਂ ਇਹ ਤੋਂ ਸਿੱਖਿਆ ਬਹੁਤ ਘੱਟ ਹੈਗਾ ਤੇ ਇਹ ਗੱਲ ਹੁਣ ਕਿਉਂ ਦਲਤ ਦੀ ਹੋ ਰਹੀ ਹੈ ਦਲਤ ਦੀ ਗੱਲ ਇਸ ਲਈ ਹੋ ਰਹੀ ਹੈ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਾਡੀ ਪਿੰਡੂ ਆਰਥਿਕਤਾ ਹੈ ਜਾਂ ਸਾਡੀ ਖੇਤੇਬੜੇ ਵਾਲੀ ਆਰਥਿਕਤਾ ਹੈ ਉਹਦੇ ਵਿੱਚ ਖੇਤਮਦੂਰ ਜਿਹਨਾਂ ਜੋ ਬਹੁਤ ਵੱਡਾ ਹਿੱਸਾ ਮੋਰ 90% ਕੱਲੇ ਦਲਤਾਂ ਦਾ ਹੈਗਾ ਇਹ ਉਹ ਜਿਵੇਂ ਜੇ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹ ਆਰਥਿਕਤਾ ਦੀ ਪੌੜੀ ਦਾ ਸਭ ਤੋਂ ਥੱਲੇ ਵਾਲਾ ਡੰਡਾ ਹੈ ਜਿਹੜਾ ਘੱਟ ਦਾ ਜ਼ਿਆਦਾ ਟੁੱਟਦਾ ਜਾਏ ਥੋੜੇ ਜ਼ਿਆਦਾ ਮਾਰ ਜਾਂਦੇ ਨੇ ਇਸ ਲਈ ਕੁੱਲ ਮਿਲਾ ਕੇ ਜਿਹੜਾ ਸਾਡਾ ਦਲਤ ਮਜ਼ਦੂਰ ਆ ਉਹਨੂੰ ਕੋ ਜਮੀਨ ਨਹੀਂ ਹੈਗੀ ਜਮੀਨ ਵੀ ਹੋਣੇ ਨੇ ਤੇ ਇਸ ਕਰਕੇ ਦਲਤਾਂ ਦੀ ਗੱਲ ਹੋ ਰਹੀ ਹੈ ਕਿ ਦਲਤਾਂ ਨੂੰ ਦੂਰੀ ਮਾਰ ਪੈ ਰਹੀ ਹੈ ਜੇ ਜਨਰਲ ਕੈਟੇਗਰੀ ਵਾਲਾ ਮਜ਼ਦੂਰ ਹੈ ਤਾਂ ਉਹ ਨੂੰ ਮਾਰ ਉਹਦੇ ਰਿਲੇਟਿਵਲੀ ਘੱਟ ਹੈਗੀ ਦਾਲਤ ਨੂੰ ਇੱਕ ਦਲਤ ਹੋਣ ਦੀ ਮਾਰ ਵੀ ਪੈ ਰਹੀ ਹੈ ਉਹਦਾ ਜਾਤ ਦਾ ਨਾਮ ਲੈ ਕੇ ਜਾਤ ਦੇ ਨਾਮ ਨਾਲ ਗਾਲਾਂ ਕੱਢ ਕੇ ਵੀ ਬੁਲਾਇਆ ਜਾਂਦਾ ਹੈਗਾ ਇਸ ਕਰਕੇ ਜਿਹੜਾ ਉਹ ਸਾਡੀ ਲੜਕੀ ਹੈ ਉਹ ਬਹੁਤ ਬਹਾਦਰ ਲੜਕੀ ਹੈ ਜਿਹੜੀ ਉਹਦੇ ਫੈਮਿਲੀ ਵੱਲੋਂ ਇਹ ਇਨਫਰਮੇਸ਼ਨ ਆ ਰਹੀ ਹੈ ਜਿੰਨੇ ਤੁਸੀਂ ਇਹ ਉਹ ਚੱਲਦੀ ਹੈ ਉਹਦੇ ਨਾਲ ਸਾਡਾ ਸ਼ਰਮ ਸ਼ਰਮ ਨਾਲ ਸਿਰ ਚੁਕਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਡੈਮੋਕਰੈਟਿਕ ਕੰਟਰੀ ਜਿਨਾਂ ਨੇ ਤੇ ਸਾਡੇ ਲੀਡਰ ਇਹ ਦੁਨੀਆ ਦੀ ਮਹਾਸ਼ਕਤੀ ਬਣਨ ਦੀਆਂ ਗੱਲਾਂ ਕਰਦੇ ਨੇ ਤੇ ਉਹ ਜਿਹੜੀ ਮਤਲਬ ਕੁੜੀ ਐ ਉਹ ਨਾਰਮਲ ਆਪਦਾ ਕੰਮ ਕਰ ਰਹੀ ਆ ਆਪਦੀ ਡਿਊਟੀ ਨਿਭਾ ਰਹੀ ਐ ਤੇ ਉਹਨੂੰ ਫੜ ਕੇ ਜਿਸ ਤਰ੍ਹਾਂ ਇਹਨਾਂ ਨੇ ਕੇਸ ਸੁਣਾਇਆ ਜਾਂ ਜੇਲ੍ਹ 'ਚ ਭੇਜਿਆ ਹੈਗਾ ਜਾਂ ਜਿਹੜੇ ਤਸੀਹੇ ਦਿੱਤੇ ਗਏ ਉਹਦਾ ਕਿਸੇ ਬੰਦੇ ਨਾਲ ਵੀ ਨਹੀਂ ਉਸ ਤਰ੍ਹਾਂ ਤਸੀਹੇ ਦੇਣ ਜਿਹਦੇ ਜਿਹੜੇ ਉਸ ਬੱਚੀ ਨੂੰ ਦਿੱਤੇ ਗਏ ਨੇ ਇਸ ਲਈ ਜਿਹੜਾ ਦਲਤ ਵਾਲਾ 이슈 ਐ ਇਹ ਉਦੋਂ ਤੱਕ ਇੰਪੋਰਟੈਂਟ ਰਹੂਗਾ ਜਦੋਂ ਤੱਕ ਦਲਤਾਂ ਨੂੰ ਅਸੀਂ ਪ੍ਰੋਪਰ ਅਧਿਕਾਰ ਨਹੀਂ ਦਿੰਦੇ ਤੇ ਉਹਨਾਂ ਨਾਲ ਕਾਸਟ ਵਾਲੀ ਡਿਸਕ੍ਰਿਮੀਨੇਸ਼ਨ ਦੂਰ ਨਹੀਂ ਕਰਦੇ ਹੈਗੇ ਸੋ ਇਹ ইস্যੂ ਦਾ ਇੰਪੋਰਟੈਂਟ ਰਹਿਣੇ ਰਹਿਣਾ ਹੈ ਜਦ ਤੱਕ ਅਸੀਂ ਉਹਨਾਂ ਨੂੰ ਆਪਣੇ ਦੇ ਬਰਾਬਰ ਨਹੀਂ ਲਿਆਉਂਦੇ ਹੈਗੇ ਜੀ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਇਸ ਮੋਰਚੇ ਤੋਂ ਬਾਅਦ ਸਾਡੀ ਸੋਸਾਇਟੀ ਚਲੋ ਆਪਾਂ ਇੰਡੀਆ ਦੀ ਵੀ ਨਹੀਂ ਗੱਲ ਕਰਦੇ ਬਟ ਸਾਡੇ ਸਿੱਖਾਂ ਦੇ ਵਿੱਚ ਹੀ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਤੋਂ ਆਪਾਂ ਪਰੇ ਹੋ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਇਸ ਮੋਰਚੇ ਤੋਂ ਬਾਅਦ ਜਿੱਥੇ ਸਾਨੂੰ ਇੰਨੀ ਜ਼ਿਆਦਾ ਏਕਤਾ ਵੇਖਣ ਨੂੰ ਮਿਲੀ ਹੈ ਜਾਤ ਪਾਤ ਨੂੰ ਛੱਡ ਕੇ ਲੋਕ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਸੰਦ ਦੁਨ ਦੇ ਵਿੱਚ ਸ਼ਾਮਿਲ ਹੋ ਰਹੇ ਤਾਂ ਉਹਨੂੰ ਲੱਗਦਾ ਹੈ ਕਿ ਸਾਡੀ ਕਮਿਊਨਿਟੀ ਵਿੱਚ ਏਟਲੀਸਟ ਅਪਾ ਇਹ ਚੀਜ਼ਾਂ ਤੋਂ ਦੂਰ हट ਸਕਦੇ ਆਣ ਵਾਲੇ ਸਮੇਂ ਦੇ ਵਿੱਚ ਦੇਖੋ ਮੈਨੂੰ ਇਹ ਗੱਲ ਆਉਂਦੀ ਹੈ ਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਇਹ ਬਹੁਤ ਹੀ ਇੰਪੋਰਟੈਂਟ ਹੈ ਤੇ ਇਹ ਇੱਕ ਸਨੇਹਾ ਤੇ ਚੇਤਾਵਨੀ ਹੈਗੀ ਕਿਸਾਨ ਜੱਥੇਬੰਦੀਆਂ ਨੂੰ ਕਿ ਅੱਜ ਕਿਸਾਨ ਜੱਥੇਬੰਦੀਆਂ ਨਾਲ ਵੱਡੇ ਪੱਧਰ ਤੇ ਇਹ ਲੋਕ ਕੋਆਪਰੇਟ ਕਰ ਰਹੇ ਨੇ ਤੇ ਕੱਲ ਨੂੰ ਜਦੋਂ ਉੱਥੇ ਜਾਂਦੇ ਨੇ ਮੁੜ ਕੇ ਉਹੀ ਕੁਲਕਾਂ ਵਾਲਾ ਵਿਹਾਰ ਜਾਂ ਫਿਊਡਲ ਲਿਗੇਸੀ ਵਾਲੀ ਗੱਲ ਜਿਹੜਾ ਇਹਨਾਂ ਨੂੰ ਮਤਲਬ ਬੰਦੇ ਨਾਲ ਸਮਝਣਾ ਤੇ ਜਿਹੜਾ ਉਹ ਹੈ ਉਹਨੂੰ ਛੱਡਦੇ ਹੋਏ ਮੁੜ ਕੇ ਇਹਨਾਂ ਦੇ ਅਧਿਕਾਰ ਇਹਨਾਂ ਨੂੰ ਦੇਣੇ ਪੈਣਗੇ ਹਮ ਘਟੋ ਘਟ ਜਾਤ ਪਾਤ ਵਾਲੀ ਡਿਸਕ੍ਰਿਮੀਨੇਸ਼ਨ ਇਸ ਤੋਂ ਬਿਨਾ ਜਿਹੜੇ ਘਟੋ ਘਟ ਮਜ਼ਦੂਰੀ ਲਈ ਸੀਲਿੰਗ ਕਰਨੀ ਉਹ ਗੱਲਾਂ ਤੇ ਜਿਹੜੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਸਾਡੇ ਗੁਰਦੁਆਰਿਆਂ ਦੀ ਜ਼ਮੀਨ ਹੈ ਹੋਰ ਸਾਂਝਿਆ ਸਾਮੰਦ ਦੀ ਜ਼ਮੀਨ ਹੈ ਇਹ ਉਹ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਚ ਇਹਨਾਂ ਦਾ ਲੀਗਲੀ 1/3 ਰਾਈਟ ਹੈ ਅਸੀਂ ਇਹਨਾਂ ਨੂੰ ਲੈਣ ਨਹੀਂ ਦਿੰਦੇ ਇੱਥੇ ਸਾਡੀ ਫਾਰਮ ਵਿੱਚ ਕਮਿਊਨਿਟੀ ਹੈ ਅਸੀਂ ਨਮੀ ਬੋਲੀਆਂ ਦੇਖ ਕੇ ਉਹਦੇ ਤੇ ਕਾਬਜੋ ਜਾਨੇ ਤੇ ਉਹ ਘਟ ਘਟ ਉਹ ਜ਼ਮੀਨਾਂ ਜਿਹੜੀਆਂ ਹੈਗੀਆਂ 1/3 ਦਲਤਾਂ ਦਾ ਹਿੱਸਾ ਹੈ 1/3 ਇਹ ਔਰਤਾਂ ਦਾ 1/3 ਜਿਹੜੀ ਛੋਟੀ ਕਿਸਾਨੀ ਹੈ ਉਹਦਾ ਉਹਨਾਂ ਜਿਹੋਨਾਂ ਦੇ ਕੋਆਪਰੇਟਿਵ ਵੈਰਾਈਟੀਆਂ ਨੂੰ ਅਸੀਂ ਰੈਂਟ ਫਰੀ ਦੇ ਦਈਏ ਜੋ ਕਿ ਪੰਚਾਇਤ ਜ਼ਮੀਨ ਦਾ ਪਰਪਸ ਵੀ ਲੋਕਾਂ ਦੀ ਵੈਲਫੇਅਰ ਵਧਾਉਣਾ ਹੈ ਜਿਹੜੇ ਸਾਡੇ ਧਰਮ ਕਿਸਤਾਨ ਨੇ ਉਹਨਾਂ ਦਾ ਤਾਂ ਪਹਿਲਾ ਦਾ ਕੰਮ ਹੁੰਦਾ ਕਿ ਲੋਕਾਂ ਦੀ ਵੈਲਫੇਅਰ ਵਧਾਉਣੀ ਸਰਬੱਤ ਦੇ ਭਲੇ ਵਾਲੀ ਗੱਲ ਸਿੱਖ ਧਰਮ ਕਰਦਾ ਹੈਗਾ ਇਸ ਲਈ ਜਦੋਂ ਇਹ ਮੋਰਚਾ ਸਮਾਪਤ ਹੁੰਦਾ ਹੈਗਾ ਇਸ ਮੋਰਚੇ ਦੇ ਸਮਾਪਤ ਹੋਣ ਨਾਲ ਅਸੀਂ 4 ਜੂਨ 2020 ਵਾਲੀ ਸਿਚੁਏਸ਼ਨ ਤੇ ਜਾ ਰਹਾਂਗੇ ਕਿਉਂਕਿ 5 ਜੂਨ ਨੂੰ ਆਰਡੀਨੈਂਸ ਲਾਗੂ ਹੁੰਦੇ ਨੇ ਉਹ ਕੀ ਸੀ ਜਿਹਦੇ ਵਿੱਚ ਕਰਜਾ ਸੀ ਗਰੀਬੀ ਸੀ ਖੁਦਕਸ਼ੀਆਂ ਸੀ ਇਸ ਲਈ ਅਗਰ ਨਾ ਕੋ ਮਾਡਲ ਨੂੰ ਬਦਲਣ ਵਾਲੀ ਲੋੜ ਤਾਂ ਪਊਗੀ ਕਿ ਖੇਤੀਬਾੜੀ 'ਚ 50% ਨਿਰਭਰ ਆਬਾਦੀ ਨੂੰ ਰਾਸ਼ਟਰੀ ਆਮਦਨ 'ਚ ਸਿਰਫ 16% ਨਾ ਤੱਕ ਜਾਵੇ ਉਹਨੂੰ ਵਧਾ ਕੇ ਇੰਨਾ ਕੀਤਾ ਜਾਵੇ ਕਿ ਉਹ ਜ਼ਿੰਦਗੀ ਦੇ ਮੁੱਢਲੇ ਲੋੜਾਂ ਨੂੰ ਸਤਿਕਾਰਯੋਗ ਢੰਗ ਨਾਲ ਪੂਰੀਆਂ ਕਰ ਸਕਣ ਇਸ ਲਈ ਜਿਹੜਾ ਇੱਥੇ ਗੱਲ ਹੈਗੀ ਕਿਸਾਨ ਜ ਇਹ ਸਰਕਾਰ ਦੀ ਗੱਲ ਹੈ ਜਿਹਨੇ ਕਿਸਾਨ ਜਿੱਥੇ ਬੰਦੀਆਂ ਇਹਨਾਂ ਨੂੰ ਵੀ ਆਉਦੇ ਲੈਵਲ ਤੇ ਵੱਡੇ ਫੈਸਲੇ ਲੈਣੇ ਪੈਣਗੇ ਕਿ ਜੇ ਅਸੀਂ ਇਸ ਸਮਾਜ ਨੂੰ ਜਿਉਂਦਾ ਰੱਖਣਾ ਹੈ ਪਿੰਡੂ ਖੇਤਰ ਨੂੰ ਜਿਉਂਦਾ ਰੱਖਣਾ ਹੈ ਅੱਗੇ ਵਧਾਉਣਾ ਹੈ ਤਾਂ ਸਾਨੂੰ ਜਿਹੜੇ ਸਾਡੇ ਸਭ ਤੋਂ ਥੱਲੇ ਵਾਲਾ ਡੰਡਾ ਹੈ ਉਹਨੂੰ ਮਜਬੂਤ ਕਰਨਾ ਪਊਗਾ ਤਾਂ ਕਿ ਉੱਪਰਲੇ ਡੰਡਿਆਂ ਤੇ ਚੜ੍ਹਨਾ ਸੌਖਾ ਰਹੇ ਬਿਲਕੁਲ ਬਿਲਕੁਲ ਸਰ ਆਈ ਥਿੰਕ ਇਹ ਬਹੁਤ ਵੱਡੀ ਤੁਸੀਂ ਗੱਲ ਇੱਥੇ ਕਹੀ ਹੈ ਅਮ ਸਰ ਯੂ نو ਸਮਾਂ ਤਾਂ ਨਹੀਂ ਜ਼ਿਆਦਾ ਰਹਿ ਗਿਆ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਬਟ ਆਫ ਕੌਰਸ ਮੈਂ ਤੁਹਾਨੂੰ ਜ਼ਰੂਰ ਕਵਾਂਗੀ ਤੁਸੀਂ ਆਣਾ ਹੈ ਵਾਪਸ ਸਾਡੇ ਨਾਲ ਇਨ ਟੌਪਿਕਸ ਤੇ ਕਮੈਂਟ ਕਰਨ ਲਈ ਅਮ ਬਟ ਜਾਂਦੇ ਜਾਂਦੇ ਡਾਕਟਰ ਗਿਆਨ ਸਿੰਘ ਜੀ ਮੈਂ ਇੱਕ ਸਿਰਫ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਅਮ ਯੂ نو ਇੰਨਾ ਟਾਈਮ ਇੰਡੀਆ ਵਿੱਚ 스ਪੈਂਡ ਕਰਕੇ ਉੱਥੇ ਦੇ ਜੋ ਲੋਕਲ ਨੈਸ਼ਨਲ ਚੈਨਲਸ ਹਨ ਜੋ ਉੱਥੇ ਦੇ ਵੱਡੇ ਨਿਊਜ਼ ਚੈਨਲਸ ਹਨ ਉਹਨਾਂ ਤੋਂ ਇੱਕ ਪਾਸੇ ਦੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਆਮ you know uh, uh, abroad ਦੇ ਵਿੱਚ ਕਿਸ ਤਰ੍ਹਾਂ ਦੀ ਅਫਵਾਹਾਂ ਫਲਾਈ ਜਾ ਰਹੀਆਂ ਕਿ ਇਹ ਬਿਲਜ਼ ਨੂੰ ਰਿਪੀਲ ਕਰ ਲੋ ਇਹ ਸਿਰਫ ਪਹਿਲਾ ਸਟੈਪ ਹੈ ਇਸ ਤੋਂ ਬਾਅਦ ਦੇਖਾਂਗੇ ਬਟ ਇਹ ਇਹਦੇ ਵਿੱਚ ਕੋਈ ਸਚਾਈ ਹੈ ਇੱਕ ਇਕਨੋਮਿਕ ਇੱਕ ਐਗਰੀਕਲਚਰ ਐਕਸਪਰਟ ਹੋਣ ਦੇ ਨਾਤੇ ਤੁਸੀਂ ਕੀ ਕਮੈਂਟ ਕਰੋ ਕਰ ਸਕਦੇ ਹੋ ਕਿ ਇਹ ਬਿਲਜ਼ ਨੂੰ ਰਿਪੀਲ ਅਗਰ ਕੀਤਾ ਜਾਂਦਾ ਹੈ ਇਨ ਕਾਨੂੰਨਾ ਨੂੰ ਅਗਰ ਸਰਕਾਰ ਰਿਪੀਲ ਕਰ ਦਿੰਦੀ ਹੈ ਕੀ ਉੱਥੇ ਹੀ ਇਹ ਲੜਾਈ ਖਤਮ ਹੋ ਜਾਂਦੀ ਹੈ ਜਾਂ ਤੁਹਾਨੂੰ ਲੱਗਦਾ ਉਸ ਤੋਂ ਅੱਗੇ ਐਕਚੁਅਲ ਜੋ ਰਿਫਾਰਮ ਜੋ ਐਕਚੁਅਲ ਲੜਾਈ ਹੈ ਰਿਪੀਲ ਤੋਂ ਬਾਅਦ ਸ਼ੁਰੂ ਹੋਏਗੀ ਇਹ ਦੇਖੋ ਬਟਾ ਤੁਹਾਡੇ ਦੋ ਸਵਾਲ ਹੈ ਇੱਕ ਤਾਂ ਮੀਡੀਆ ਵਾਲਿਆ ਇੱਕ ਕੀ ਲੜਾਈ ਜੇ ਤਿੰਨੇ ਕਾਨੂੰਨ ਆ ਰਿਪੀਲ ਹੋ ਜਾਂਦੇ ਉੱਥੇ ਖਤਮ ਹੋ ਜਾਊਗੀ ਕਿ ਉਦੋਂ ਅੱਗੇ ਵੀ ਹੈਗੀ ਇਹ ਜਿਹੜਾ মিডিਆ ਵਾਲੀ ਗੱਲ ਹੈ মিডিਆ ਚ ਬਹੁਤ ਲੰਬੇ ਟਾਈਮ ਲਈ ਸਾਡੇ ਕੋਲ ਇਸ ਤਰ੍ਹਾਂ ਦੇ ਟੈਲੀਵਿਜ਼ਨ ਚੈਨਲ ਰਹੇ ਜਿੱਥੇ ਲੋਕ ਖੁੱਲ੍ਹੇ ਦਿਲ ਨਾਲ ਬਹੁਤ ਸਪਸ਼ਟਤਾ ਨਾਲ ਆਬਜੈਕਟਿਵਿਟੀ ਨਾਲ ਗੱਲ ਕਰਦੇ ਸੀ ਲੋਕ ਸਭਾ ਟੈਲੀਵਿਜ਼ਨ ਰਾਜ ਸਭਾ ਟੈਲੀਵਿਜ਼ਨ ਹੈਨਾ ਤੇ ਇਸ ਤੋਂ ਬਿਨਾ ਬਾਕੀ ਜਿਹੜੇ ਪ੍ਰਾਈਵੇਟ ਚੈਨਲ ਹੈ ਉਹਨਾਂ ਦੇ ਵੀ ਪਰ ਵਿਦ ਪੈਸ ਆਫ ਟਾਈਮ ਜਿਸ ਤਰ੍ਹਾਂ ਸਾਡੇ ਕਾਰਪੋਰੇਟ ਜਗਤ ਦਾ ਗਲਵਾ ਵਧਦਾ ਜਾ ਰਿਹਾ ਹੈ ਸਾਡੇ ਬਹੁਤੇ ਚੈਨਲ ਗੋਦੀ মিডিਆ 'ਚ ਆ ਗਏ ਜਿਹੜਾ ਲੋਕ ਮੀਡੀਆ ਹੈ ਉਹ ਘਟਿਆ ਹੁਣ ਸ ਐਗਿਟੇਸ਼ਨ ਦੇ ਵਿੱਚ ਆ ਕੇ ਜਿਹੜਾ ਲੋਕ ਮੀਡੀਆ ਉਹਦਾ ਜਿਹੜਾ ਹੈਗਾ ਪ੍ਰਭਾਵ ਪਹਿਲਾਂ ਨਾਲੋਂ ਵੱਧ ਆ ਕਿਉਂਕਿ ਲੋਕ ਜਾਏ ਉਧਰ ਰਹੇ ਨੇ ਇਸ ਲਈ ਜਿਹੜਾ ਸਾਡਾ ਗੋਦੀ ਮੀਡੀਆ ਇਹ ਉਹਨੂੰ ਲੋਕ ਡਿਸਕਾਰਡ ਕਰਦੇ ਤੇ ਲੋਕ ਮੀਡੀਆ ਵੱਲੋਂ ਕਰਿਆ ਭਾਵੇਂ ਉਹ ਟੈਲੀਵਿਜ਼ਨ ਚੈਨਲ ਨੇ ਭਾਵੇਂ ਸਾਡਾ ਸੋਸ਼ਲ ਮੀਡੀਆ ਹੈਗਾ ਹਨ ਜੀ ਦੂਜੀ ਗੱਲ ਜੇ ਤਿੰਦੇ ਤਿੰਨੇ ਲੋਰ ਫੀਲ ਕਰ ਦਵੇ ਸਰਕਾਰ ਜਿਵੇਂ ਕਿ ਹਾਲੇ ਅੜੀ ਹੋਈ ਹੈ ਅਦਰਵਾਈਜ਼ ਕਹਿੰਦੇ ਜਨਾ ਮੱਦੀ ਕਰਾ ਲੋ ਲਾ ਨਹੀਂ ਰੀਪੀਲ ਕਰਨੇ ਕਿਉਂਕਿ ਉਹ ਜਿਹੜੇ ਮਿੱਤਰ ਨੇ ਕਾਰਪੋਰਟ ਖੇਤਰ ਵਾਲੇ ਉਹ ਗੁੱਸੇ ਹੋ ਜਾਣਗੇ ਜੇ ਰੀਪੀਲ ਹੋ ਜਾਂਦੇ ਨੇ ਪਰ ਪੀਨ ਹੋਂ ਤੇ ਮੈਂ ਦੱਸਿਆ ਅਸੀਂ 4 ਜੂਨ 2020 ਵਾਲੀ ਸਿਚੁਏਸ਼ਨ ਤੇ ਆ ਜਾਾਂਗੇ ਜਿੱਥੇ ਗਰੀਬੀ ਆ ਕਰਜਾ ਖੁਦਕਸ਼ੀਆਂ ਨੇ ਇਸ ਲਈ ਉਸ ਤੋਂ ਅੱਗੇ ਇਕਨੋਮਿਕ ਮਾਡਲ ਜਿਹੜਾ ਪ੍ਰੋ ਕਾਰਪੋਰਟ ਹੈ ਉਹਨੂੰ ਲੋਕ ਪੱਖੀ ਤੇ ਕੁਦਰਤ ਪੱਖੀ ਬਣਾਉਣ ਲਈ ਸੰਘਰਸ਼ ਦਾ ਲੰਬਾ ਲੜਨਾ ਪੈਣਾ ਹੈ ਤਾਂ ਹੀ ਜਾ ਕੇ ਲੋਕ ਸੁਖੀ ਰਹਿ ਸਕਣਗੇ ਜੀ ਬਿਲਕੁਲ ਵਾਂਸ ਅਗੇਨ ਡਾਕਟਰ ਗਿਆਨ ਸਿੰਘ ਜੀ ਫਾਰਮਰ ਪ੍ਰੋਫੈਸਰ ਡਿਪਾਰਟਮੈਂਟ ਆਫ ਇਕਨੋਮਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸਾਡੇ ਨਾਲ ਲਗਾਤਾਰ ਤੁਸੀਂ ਜੁੜ ਕੇ ਆਪਣੀ ਐਕਸਪਰਟੀਸ ਆਪਣੀ ਇਨਸਾਈਟਸ ਸਾਡੇ ਵਿਊਅਰਸ ਨਾਲ ਸਾਂਝੀ ਕਰਦੇ ਹੋ ਥੈਂਕ ਯੂ so much ਤੁਹਾਡੇ ਟਾਈਮ ਲਈ ਬੜੀ ਫਿਰ ਡਾਕਟਰ ਸਾਹਿਬ हैव अ ਗੁੱਡ ਰੈਸਟ ਆਫ ਯਰ ਈਵਨਿੰਗ ਅਜ਼ਰੂ ਸਾਡੇ ਨਾਲ ਫਿਰ ਆ ਕੇ ਜੁੜੋ ਬਟ ਹੁਣ ਸਨੁਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੇ ਮੇਰੇ ਵੀਰ ਉਸ ਨਾਲ ਚਾਹਨੀ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਸਾਡੇ ਲਈ ਸਾਡੇ ਗੈਸਟ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਰੱਖਣਾ ਚਾਹੁੰਦੇ ਹੋ ਜ਼ਰੂਰ ਸਾਨੂੰ ਲਿਖੋ info@justbroadcasting.com ashmita@justbroadcasting.com ਸਾਡੀ ਕਵਰੇਜ ਇਸ ਮੋਰਚ ਨੂੰ ਲੈ ਕੇ ਲਗਾਤਾਰ ਇਸੇ ਤਰ੍ਹਾਂ ਚਲਦੀ ਰਹੇਗੀ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਸੇਕਾਲ